ਸ਼੍ਰੀ ਨਾਨਕ ਪਦ ਪੰਕਜ ਬੰਧਨ ਪਦ ਪੰਕਜ ਬੰਧਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਮੋ ਹਿਰਦੈ ਧਿਆਮੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰ ਜਨ ਬੇਗ ਨਾਨਕੇ ਨਾਸਕ ਬਿਗ ਨਾਨਕੇ ਨਾਸਕ ਸ੍ਰੀ ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਾਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਕ ਬਹਾਦਰ ਪਰਮ ਕਿਰਪਾਲਾ ਸਤਿਗੁਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਸਾਲਾ ਤਾਰੋਂ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਹਰ ਰਾਏ ਅਨੁਜ ਹੈ ਤੇਰੋ ਤਿਸ ਪਰ ਗੁਰ ਕੋ ਰੁਖ ਬਹੁ ਤੇਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ ਸਤਿਗੁਰਾਂ ਨੇ ਸੁੰਦਰ ਸੁਭਾਗ ਸਮੇਂ ਬਖਸ਼ਿਸ਼ ਕਰਦਿਆਂ ਹੋਇਆਂ ਗੁਰਬਾਣੀ ਦੇ ਕੀਰਤਨ ਔਰ ਸਤਸੰਗਤ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ ਨੇ ਆਪ ਸੰਗਤਾਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਇਤਿਹਾਸ ਸਰਵਣ ਕਰਨ ਵਾਸਤੇ ਪ੍ਰਾਪਤ ਹੋਏ ਹੋ ਸਤਿਗੁਰਾਂ ਦਾ ਮਹਾਨ ਗੁਰਸਿੱਖ ਭਾਈ ਜਾਤੀ ਮਲਕ ਜਿਹੜੇ ਨੇ ਆਪਣਾ ਪੰਜ ਭੌਤਿਕ ਸਰੀਰ ਤਿਆਗ ਕੇ ਸੱਚਖੰਡ ਨੂੰ ਚਲੇ ਗਏ ਇੱਧਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀ ਗੁਰਗੱਦੀ ਆਪਣੇ ਪੋਤਰੇ
ਧੰਨ ਗੁਰੂ ਹਰਿ ਰਾਏ ਸਾਹਿਬ ਜੀਆਂ ਨੂੰ ਇਹ ਗੁਰਗੱਦੀ ਦੀ ਦਾਤ ਬਖਸ਼ਿਸ਼ ਕਰਕੇ ਸੱਤਵੀਂ ਜਗ੍ਹਾ ਦੇ ਉੱਪਰ ਗੁਰੂ ਬਣਾਉਣ ਦੀ ਤਿਆਰੀ ਕਰ ਰਹੇ ਨੇ। ਸਤਿਗੁਰਾਂ ਨੇ ਥਾਵਾਂ ਥਾਵਾਂ 'ਤੇ ਚਿੱਠੀਆਂ ਪਾ ਕੇ ਮਸੰਦਾਂ ਨੂੰ ਆਖਿਆ, ਸੰਗਤਾਂ ਦੇ ਸਮੇਤ ਪਹੁੰਚੋ। ਕੁਝ ਮਸੰਦ ਕਸ਼ਮੀਰ ਤੋਂ, ਕੋਈ ਬਲਖ ਬੁਖਾਰੇ ਤੋਂ, ਕੋਈ ਲੇਹ ਲਦਾਖ ਤੋਂ, ਇਸੇ ਤਰ੍ਹਾਂ ਕੋਈ ਬਿਦਰ ਤੋਂ, ਕੋਈ ਕਰਨਾਟਕਾ ਤੋਂ, ਕੋਈ ਪਟਨੇ ਤੋਂ, ਕੋਈ ਢਾਕਾ ਤੋਂ, ਕੋਈ ਬੰਗਲਾ ਤੋਂ, ਕੋਈ ਮੁਲਤਾਨ ਤੋਂ, ਕੋਈ ਪਿਸ਼ਾਵਰ ਤੋਂ, ਦੂਰੋਂ ਦੂਰੋਂ ਸੰਗਤਾਂ ਸਤਿਗੁਰਾਂ ਦੇ ਕੋਲ ਪਹੁੰਚੀਆਂ। ਸਤਿਗੁਰਾਂ ਨੇ ਗੁਰਸਿੱਖਾਂ ਨੂੰ ਵੀ ਚਿੱਠੀਆਂ ਪਾਈਆਂ, ਬੁਲਾਇਆ ਹੈ। ਆਪਣੇ ਵੱਡੇ ਪੋਤਰੇ ਬਾਬਾ ਧੀਰ ਮੱਲ ਜੀ ਜਿਹੜੇ ਕਰਤਾਰਪੁਰ ਰਹਿ ਰਹੇ ਨੇ, ਉਹਨਾਂ ਨੂੰ ਵੀ ਬੁਲਾਉਣ ਵਾਸਤੇ ਮਹਾਰਾਜ ਜੀਆਂ ਨੇ ਚਿੱਠੀ ਪਾਈ ਹੈ। ਇੱਕ ਦਾਸੀ ਜਿਹੜੀ ਹੈ ਇਹ ਚਿੱਠੀ ਲੈ ਕੇ ਕਰਤਾਰਪੁਰ ਪਹੁੰਚ ਚੁੱਕੀ ਹੈ। ਇਹ ਇਤਿਹਾਸ ਆਪਾਂ ਪਿੱਛੇ ਸਰਵਣ ਕੀਤਾ। ਬਾਬਾ ਧੀਰ ਮੱਲ ਜੀ ਅੱਗੋਂ ਕਿਹੜੇ ਕਿਹੜੇ ਸਵਾਲ ਜਾਂ ਕਿਹੜੇ ਕਿਹੜੇ ਅੱਗੋਂ ਸੋ ਬਚਨ ਕਰਦੇ ਨੇ, ਇਹ ਆਪਾਂ ਹੁਣ ਸਰਵਣ ਕਰਾਂਗੇ। ਆਓ ਮਨ ਬਿਰਤੀਆਂ ਟਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਸ ਵੇਲੇ ਸੁਨ ਗਮਣੀ ਤਬ ਪੁਰ ਕਰਤਾਰ, ਸੋ ਕਹਿਣ ਲੱਗੇ ਵੀ ਇਹ ਜਿਹੜੀ ਦਾਸੀ ਹੈ ਨਾ ਸੇਵਕਾਣੀ, ਸੋ ਇਹ ਕਰਤਾਰਪੁਰ ਨਗਰ ਦੇ ਵਿੱਚ ਉਹ ਸੁਨੇਹਾ ਲੈ ਕੇ ਮਹਾਰਾਜ ਸਾਹਿਬ ਜੀ ਦਾ ਪਹੁੰਚੀ ਹੈ ਅਤੇ ਕਹਿਣ ਲੱਗੇ ਵੀ ਇਸੇ ਤਰ੍ਹਾਂ ਆਪਣੇ ਪੁੱਤਰ ਨੂੰ ਮਾਤਾ ਨੱਤੀ ਜੀ ਜਿਹੜੇ ਹਨ ਬੜੇ ਪਿਆਰ ਦੇ ਨਾਲ ਮਿਲੇ ਹਨ। ਧੀਰ ਮੱਲ ਨੂੰ ਸਮਝਾਉਣ ਲੱਗ ਪਏ ਮਾਤਾ ਜੀ, ਮਾਤਾ ਨੱਤੀ ਜੀ ਵੀ ਧੀਰ ਮੱਲ ਕੁਝ ਗੱਲਾਂ ਜਿਹੜੀਆਂ ਨੇ ਉਹ ਵੇਖਣੀਆਂ ਪੈਂਦੀਆਂ, ਵਿਚਾਰਨੀਆਂ ਪੈਂਦੀਆਂ, ਸਮਝਣੀਆਂ ਪੈਂਦੀਆਂ ਨੇ, ਇਸ ਤਰ੍ਹਾਂ ਸਮਝਾਉਣ ਲੱਗੇ ਹਨ। ਹੁਣ ਤੈਨੂੰ ਜਾਣਾ ਚਾਹੀਦਾ ਹੈ, ਹੁਣ ਤੈਨੂੰ ਨਾਂਹ ਨਹੀਂ ਕਰਨੀ ਚਾਹੀਦੀ। ਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਜੀ ਜੋ ਤੇਰੇ ਦਾਦਾ ਜੀ ਵੀ ਲੱਗਦੇ ਨੇ ਔਰ ਗੁਰੂ ਪਦਵੀ 'ਤੇ ਬਿਰਾਜਮਾਨ ਨੇ, ਉਹਨਾਂ ਨੇ ਤੈਨੂੰ ਬੁਲਾਇਆ ਹੈ, ਤੈਨੂੰ ਹੁਣ ਜਾਣਾ ਚਾਹੀਦਾ ਹੈ। ਦੂਜੀ ਗੱਲ ਇਹ ਹੈ ਵੀ ਜਿਨ੍ਹਾਂ ਨੂੰ ਹੁਣ ਗੁਰਗੱਦੀ ਮਿਲ ਰਹੀ ਹੈ ਨਾ ਸ੍ਰੀ ਹਰਿ ਰਾਏ ਸਾਹਿਬ ਜੀ, ਉਹ ਤੇਰੇ ਛੋਟੇ ਭਰਾ ਵੀ ਨੇ। ਜੇ ਤੂੰ ਆਪਣੇ ਦਾਦੇ ਦੇ ਨਾਲ ਤੇਰਾ ਕੋਈ ਵੈਰ ਵਿਰੋਧ ਹੈ ਉਹ ਇੱਕ ਵੱਖਰੀ ਗੱਲ ਹੈ, ਪਰ ਜੇ ਤੇਰੇ ਭਰਾ ਨੂੰ ਕੋਈ ਖੁਸ਼ੀ ਦਾ ਸਮਾਂ ਹੁਣ ਮਿਲਣ ਲੱਗਾ ਤਾਂ ਤੇਰਾ ਜਾਣਾ ਤਾਂ ਜ਼ਰੂਰੀ ਬਣਦਾ ਹੈ ਨਾ। ਇਸ ਕਰਕੇ ਆਪਣੇ ਛੋਟੇ ਭਰਾ ਦੇ ਵੱਲ ਵੇਖ, ਇਹ ਸਦਾ ਸਾਰੀ ਉਮਰ ਇੱਕ ਦੂਜੇ ਨੂੰ ਮਿਲਣਾ ਵਰਤਣਾ ਪੈਂਦਾ ਹੈ, ਕਦੇ ਨੌਵਾਂ ਨਾਲੋਂ ਮਾਸ ਵੱਖਰੇ ਨਹੀਂ ਹੁੰਦੇ। ਇਸ ਕਰਕੇ ਆਪਣੇ ਛੋਟੇ ਭਰਾ ਦੇ ਵੱਲ ਵੇਖ ਕੇ ਸਤਿਗੁਰਾਂ ਦਾ ਬੜਾ ਰੁੱਖ ਹੈ। ਆਪਣੇ ਛੋਟੇ ਪੋਤਰੇ ਸ੍ਰੀ ਹਰਿ ਰਾਏ ਸਾਹਿਬ ਜੀਆਂ ਦੇ ਵੱਲ ਸਤਿਗੁਰੂ ਡਾਢਾ ਧਿਆਨ ਰੱਖਦੇ ਹਨ। ਇਹ ਗੱਲ ਮਾਤਾ ਨੱਤੀ ਜੀ ਕਹਿ ਰਹੇ ਨੇ ਵੀ ਇਹ ਗੱਲ ਆਮ ਸੰਗਤ ਵਿੱਚ ਪ੍ਰਗਟ ਹੋ ਗਈ ਹੈ ਔਰ ਸੰਗਤ ਇਸ ਗੱਲ ਨੂੰ ਜਾਣਦੀ ਹੈ ਵੀ ਇਹ ਸਤਿਗੁਰਾਂ ਦਾ ਜਿਹੜਾ ਝੁਕਾਅ ਆਪਣੇ ਪੋਤਰੇ ਦੇ ਵੱਲੇ ਹੋਇਆ ਨਾ ਛੋਟੇ ਦੇ ਵੱਲ, ਉਹਦੇ ਤੋਂ ਇਸ ਤਰ੍ਹਾਂ ਲੱਗਦਾ ਹੈ। ਇਹ ਗੱਲ ਪ੍ਰਗਟ ਹੀ ਹੈ, ਸਾਰਿਆਂ ਨੂੰ ਪਤਾ ਲੱਗ ਗਈ ਹੈ ਸੰਗਤ ਵਿੱਚ ਵੀ ਜਿਹੜੀਆਂ ਸੰਗਤਾਂ ਮਹਾਰਾਜ ਨੇ ਬੁਲਾ ਲਈਆਂ ਨੇ ਔਰ ਛੋਟੇ ਪੋਤਰੇ ਦੇ ਵੱਲ ਜ਼ਿਆਦਾ ਮਹਾਰਾਜ ਦਾ ਝੁਕਾਅ ਹੈ। ਇਹ ਗੱਲ ਇਹ ਇਸ਼ਾਰਾ ਕਰਦੀ ਪਈ ਹੈ ਵੀ ਸਤਿਗੁਰੂ ਹੁਣ ਗੁਰਗੱਦੀ ਜਿਹੜੀ ਹੈ ਉਹ ਆਪਣੇ ਛੋਟੇ ਪੋਤਰੇ ਨੂੰ ਹੀ ਬਖਸ਼ਿਸ਼ ਕਰਨਗੇ। ਇਹ ਗੱਲ ਤਾਂ ਸੰਗਤਾਂ ਦੇ ਵਿੱਚ ਪ੍ਰਚਲਿਤ ਹੋ ਚੁੱਕੀ ਹੈ ਅਤੇ ਇਸ ਕਰਕੇ ਤੂੰ ਜੇ ਨਿਕਟ ਰਹੇ ਅਨੁਸਾਰੀ, ਜੇ ਤੂੰ ਨਾਲ ਰਹਿੰਦਾ ਆਪਣੇ ਦਾਦਾ ਸਤਿਗੁਰਾਂ ਦੇ ਤਾਂ ਹੋ ਸਕਦਾ ਤੇਰੇ 'ਤੇ ਖੁਸ਼ੀ ਹੋ ਜਾਂਦੀ। ਚਲੋ ਕੋਈ ਗੱਲ ਨਹੀਂ,
ਜੇ ਪਹਿਲਾ ਮੌਕਾ ਨਿਕਲ ਗਿਆ ਹੱਥੋਂ ਤਾਂ ਕੋਈ ਗੱਲ ਨਹੀਂ, ਹੁਣ ਤੇਰਾ ਭਰਾ ਜੇ ਮੰਨ ਲਓ ਗੁਰਗੱਦੀ 'ਤੇ ਬੈਠ ਵੀ ਗਿਆ ਅਤੇ ਤੂੰ ਉਹਦੇ ਨਾਲੋਂ ਵੱਡਾ ਹੈ, ਤੈਨੂੰ ਵੀ ਕਿਸੇ ਗੱਲ ਦੀ ਕਮੀ ਨਹੀਂ ਰਹਿਣੀ। ਇਸ ਕਰਕੇ ਇਹਨਾਂ ਗੱਲਾਂ ਦੇ ਵੱਲ ਵਿਚਾਰ ਕੇ, ਤੂੰ ਵੱਡਾ ਭਰਾ ਹੈ, ਬੜੀ ਸਿਆਣੀ ਮਤ ਨੂੰ ਤੂੰ ਰੱਖਦਾ ਹੈ, ਸੋ ਉਚਿਤ ਹੈ ਗੁਰਗੱਦੀ ਦੇ ਉੱਪਰ ਬੈਠਣਾ ਇਹ ਜਿਹੜੀ ਗੱਲ ਹੈ। ਅਤੇ ਸਾਰੀਆਂ ਸੰਗਤਾਂ ਮਹਾਰਾਜ ਨੇ ਇਕੱਠੀਆਂ ਕਰ ਲਈਆਂ ਇਹ ਗੱਲ, ਸੋ ਸਮਝਾਈ ਜਾ ਰਹੀ ਹੈ ਧੀਰਮੱਲ ਨੂੰ ਵੀ ਮਹਾਰਾਜ ਨੇ ਜੇ ਸੰਗਤਾਂ ਬੁਲਾਈਆਂ ਨੇ ਉਹਦਾ ਕਾਰਨ ਇਹ ਹੈ ਵੀ ਸਤਿਗੁਰਾਂ ਦਾ ਛੋਟੇ ਪੁੱਤਰੇ ਵੱਲ ਝੁਕਾਅ ਹੈ, ਜੇ ਗੁਰਗੱਦੀ ਮਿਲਦੀ ਵੀ ਹੈ ਤਾਂ ਧੀਰਮੱਲ ਤਾਂ ਵੀ ਤੇਰੀ ਵਡਿਆਈ ਹੈ, ਕਿਉਂਕਿ ਤੂੰ ਵੱਡਾ ਹੈ, ਤੈਨੂੰ ਵੱਧ ਸਤਿਕਾਰ ਮਿਲਣਾ ਹੈ। ਜੇ ਤੂੰ ਵੱਖਰਾ ਰਹਿਣਾ ਵੀ ਮੈਂ ਵੱਖਰਾ ਰਹਿਣਾ ਹੈ ਅਤੇ ਫਿਰ ਗੁਰੂ ਤੋਂ ਗੁਰਗੱਦੀ ਕਿਵੇਂ ਪਾਵੇਂਗਾ? ਜੇ ਤੂੰ ਇਹ ਗੱਲ ਕਹਿਤੀ ਵੀ ਮੈਂ ਗੁਰੂ ਤੋਂ ਦੂਰ ਹੀ ਰਹਿਣਾ, ਗੁਰੂ ਦੇ ਨਹੀਂ ਲਾਗੇ ਜਾਣਾ, ਨੇੜੇ ਨਹੀਂ ਜਾਣਾ, ਗੁਰੂ ਦੀ ਗੱਲ ਮੈਂ ਨਹੀਂ ਸੁਣਨੀ ਜਾਂ ਮੈਂ ਨਹੀਂ ਮੰਨਣੀ, ਫਿਰ ਗੁਰਗੱਦੀ ਤੂੰ ਕਿਵੇਂ ਪਾ ਸਕਦਾ ਹੈ? ਪਾਉਂਦਾ ਤਾਂ ਉਹ ਹੈ ਨਾ ਜਿਹਨੇ ਬਚਨ ਮੰਨਣਾ, ਜਿਹਨੇ ਬਚਨ ਕਮਾਉਣਾ। ਜੇ ਜਿੰਨਾ ਤੂੰ ਦੂਰ ਰਵੇਂਗਾ ਉਹਨਾਂ ਤੂੰ ਗੁਰਗੱਦੀ ਦੇ ਹੱਕ ਤੋਂ ਵੀ ਦੂਰ ਚਲੇ ਜਾਣਾ ਹੈ। ਇਤਿਹਾਸਕ ਬੜੇ ਬਚਨ ਜਿਹੜੇ ਨਾ ਧੀਰਮੱਲ ਨੂੰ ਸਮਝਾਏ ਗਏ ਵੀ ਸਿਆਣਾ ਬਣ ਅਤੇ ਹੁਣ ਤੂੰ ਕੀਰਤਪੁਰ ਸਾਹਿਬ ਦੇ ਵਿੱਚ ਚੱਲਣਾ ਕਰ। ਧੀਰਮੱਲ ਨੇ ਸੁਣਿਆ ਬਚਨ, ਬਚਨ ਸੁਣ ਕੇ ਹੁਣ ਅੱਗੋਂ ਜਵਾਬ ਦੇਣ ਲੱਗਾ, ਉੱਤਰ ਦੇਣ ਲੱਗਾ। ਕੀ ਕਹਿੰਦਾ ਧੀਰਮੱਲ ਉਸ ਵੇਲੇ? ਕਹਿਣ ਲੱਗਾ ਕਿਹੜੀ ਗੁਰਗੱਦੀ? ਗੁਰਗੱਦੀ ਤਾਂ ਮੇਰੇ ਕੋਲ ਹੈ, ਮੇਰੇ ਕੋਲ ਕਿਵੇਂ ਹੈ? ਕਿਉਂਕਿ ਮੇਰੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਜਿਹੜਾ ਗੁਰੂ ਅਰਜਨ ਸਾਹਿਬ ਨੇ ਲਿਖਵਾਇਆ ਹੈ ਨਾ, ਉਹ ਸਰੂਪ ਧੀਰਮੱਲ ਆਪਣੇ ਕੋਲ ਰੱਖ ਕੇ ਕਰਤਾਰਪੁਰ ਬੈਠਾ। ਕਹਿਣ ਲੱਗਾ ਫਿਰ ਕੀ ਹੋਇਆ? ਜੇ ਗੁਰਗੱਦੀ ਛੋਟੇ ਨੂੰ ਮਿਲ ਗਈ ਤਾਂ ਮੈਨੂੰ ਕੋਈ ਬਹੁਤਾ ਫਰਕ ਨਹੀਂ ਹੈ, ਮੇਰੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਇਹੋ ਹੀ ਮੈਨੂੰ ਵਡਿਆਈ ਬਹੁਤ ਵੱਡੀ ਹੈ। ਮੈਂ ਇਸੇ ਗੁਰੂ ਗ੍ਰੰਥ ਸਾਹਿਬ ਦੇ ਕਰਕੇ ਮੈਂ ਆਪਣੇ ਜ਼ੋਰ ਦੇ ਨਾਲ ਗੁਰਗੱਦੀ ਲੈ ਹੀ ਲੈਣੀ ਹੈ, ਅੱਜ ਨਹੀਂ ਤਾਂ ਕੱਲ੍ਹ। ਦਾਦਾ ਕਿੰਨਾ ਕੁ ਚਿਰ ਬੈਠਾ ਰਹੇਗਾ ਸਰੀਰ ਕਰਕੇ? ਅਸਕਰ ਤਾਂ ਦਾਦੇ ਨੇ ਜਾਣਾ ਹੀ ਹੈ। ਜੇ ਦਾਦਾ ਕਿਸੇ ਨੂੰ ਗੁਰਗੱਦੀ ਦੇ ਵੀ ਦੇਵੇਗਾ ਅਤੇ ਕਹਿੰਦਾ ਤਾਂ ਕੀ ਹੋਇਆ, ਮੇਰੇ ਕੋਲ ਗੁਰੂ ਗ੍ਰੰਥ ਸਾਹਿਬ ਤਾਂ ਪਹਿਲਾਂ ਹੀ ਨੇ, ਬਾਕੀ ਮੈਂ ਆਪਣਾ ਜ਼ੋਰ ਵਿਖਾਵਾਂਗਾ, ਬਲ ਲਾਵਾਂਗਾ ਅਤੇ ਫਿਰ ਗੁਰਗੱਦੀ ਵੀ ਲੈ ਲੈਣੀ ਹੈ। ਸੋ ਇਹ ਵੱਡਿਆਂ ਦੀ ਮੇਰੇ ਕੋਲ ਵੱਡੀ ਨਿਸ਼ਾਨੀ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਵੱਡੇ ਨੇ, ਉਹਨਾਂ ਤੋਂ ਪਹਿਲਾਂ ਸਤਿਗੁਰਾਂ ਦੀ ਸਾਰੀ ਬਾਣੀ ਇਹਦੇ ਵਿੱਚ ਹੈ। ਧੀਰਮੱਲ ਕਹਿ ਰਿਹਾ ਵੀ ਵੱਡਿਆਂ ਸਤਿਗੁਰਾਂ ਦੀ ਬਾਣੀ ਉਹ ਮੇਰੇ ਕੋਲ ਹੈ, ਜਦੋਂ ਵੱਡਿਆਂ ਦੀ ਨਿਸ਼ਾਨੀ ਮੇਰੇ ਕੋਲ ਵੱਡੀ ਹੈ ਅਤੇ ਫਿਰ ਮੈਂ ਆਪਣੇ ਆਪ ਵੱਡਾ ਹੋ ਗਿਆ ਹਾਂ। ਅਤੇ ਜਿਹੜੇ ਸਿੱਖ ਸੰਗਤਾਂ ਹਨ ਨਾ ਕਿ ਭਾਈ, ਉਹ ਇਸ ਤਰ੍ਹਾਂ ਦਾ ਕੋਈ ਨਹੀਂ ਹੋਵੇਗਾ ਜਿਹੜਾ ਇਹ ਗੱਲ ਨਹੀਂ ਮੰਨੇਗਾ ਵੀ ਇਹ ਵੱਡੇ ਸਤਿਗੁਰਾਂ ਦੀ ਬਾਣੀ ਹੈ। ਇਹ ਤਾਂ ਸਾਰੀ ਸੰਗਤ ਮੰਨਦੀ ਹੈ ਨਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਜਿਹੜੀ ਗੁਰੂ ਅਰਜਨ ਸਾਹਿਬ ਨੇ ਲਿਖਵਾਈ ਹੈ ਉਹ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ ਪਾਤਸ਼ਾਹ, ਗੁਰੂ ਅਰਜਨ ਸਾਹਿਬ ਦੀ ਬਾਣੀ, ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ। ਕੋਈ ਸੰਗਤ ਵਿੱਚ ਬੰਦਾ ਇਹ ਗੱਲ ਨਹੀਂ ਕਹਿ ਸਕਦਾ ਵੀ ਇਹ ਬਾਣੀ ਗੁਰੂਆਂ ਦੀ ਨਹੀਂ ਹੈ ਜਾਂ ਇਹ ਬਾਣੀ ਕੱਚੀ ਹੈ। ਇਹ ਤਾਂ ਸਾਰੇ ਮੰਨਦੇ ਨੇ ਵੀ ਇਹ ਗੁਰੂਆਂ ਦੀ ਸੱਚੀ ਬਾਣੀ ਹੈ। ਸੋ ਇਹ ਜਿਹੜੀ ਗੁਰਬਾਣੀ ਹੈ, ਕਹਿਣ ਲੱਗਾ ਵੀ ਰਹਿਓ ਪ੍ਰਥਮ ਹੀ ਪ੍ਰਥਕ ਇਸੀ ਤੇ ਇਸ, ਸੋ ਗੁਰਗੱਦੀ ਤੋਂ ਇਹ ਜਿਹੜਾ ਹੈ ਮੈਂ ਵੱਖਰਾ ਰਿਹਾ ਹਾਂ, ਇਸ ਕਰਕੇ ਮੈਂ ਵੱਖਰਾ ਰਿਹਾ। ਪੁੱਛਿਆ ਧੀਰਮੱਲ ਤੂੰ ਜਾਂਦਾ ਕਿਉਂ ਨਹੀਂ? ਕਹਿੰਦਾ ਇਸੇ ਕਰਕੇ ਨਹੀਂ ਜਾਂਦਾ ਵੀ ਜਦੋਂ ਮੈਂ ਕੀਰਤਪੁਰ ਗਿਆ
ਉਹਨਾਂ ਨੇ ਸਾਰਿਆਂ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੇਰੇ ਕੋਲੋਂ ਮੰਗਣਾ, ਵੀ ਪਹਿਲਾਂ ਸਰੂਪ ਦੇ। ਮੈਂ ਇਸੇ ਕਰਕੇ ਆਪਣੇ ਦਾਦੇ ਨੂੰ ਛੱਡਿਆ, ਇਸੇ ਕਰਕੇ ਆਪਣਾ ਪਰਿਵਾਰ ਛੱਡਿਆ, ਵੀ ਮੈਂ ਤੁਹਾਡੇ ਨਾਲ ਨਹੀਂ ਬੋਲਦਾ, ਤੁਸੀਂ ਮੇਰੇ ਨਾਲ ਨਾ ਬੋਲੋ, ਜੋ ਮੇਰੇ ਕੋਲ ਹੈ ਮੇਰੇ ਕੋਲ ਰਹਿਣ ਦਿਓ, ਜੋ ਤੁਹਾਡੇ ਕੋਲ ਹੈ ਤੁਸੀਂ ਰੱਖ ਲਵੋ। ਹੁਣ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਾਂ ਮੇਰੇ ਕੋਲ ਹੈ, ਇਹਦੇ ਜ਼ੋਰ ਦੇ ਨਾਲ ਮੈਂ ਆਪਣੀ ਪੂਜਾ ਕਰਵਾ ਲੈਣੀ ਹੈ, ਗੁਰਗੱਦੀ ਵੀ ਲੈ ਲੈਣੀ ਹੈ। ਹੁਣ ਜੇ ਮੈਂ ਕੀਰਤਪੁਰ ਜਾਵਾਂਗਾ, ਉਹਨਾਂ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੇਰੇ ਕੋਲੋਂ ਮੰਗ ਲੈਣਾ, ਅਤੇ ਜੇ ਮੈਂ ਸਰੂਪ ਦੇ ਬੈਠਾ ਤਾਂ ਮੇਰੇ ਕੋਲ ਰਹਿਣਾ ਕੁਝ ਨਹੀਂ ਹੈ। ਇਸ ਕਰਕੇ ਮੈਂ ਤਾਂ ਹੀ ਪਹਿਲਾਂ ਵੱਖਰਾ ਹੋ ਗਿਆ, ਵੀ ਤੁਸੀਂ ਜਿੱਧਰ ਮਰਜ਼ੀ ਜਾਓ, ਮੈਂ ਇਕੱਲਾ ਰਹਾਂਗਾ ਔਰ ਗੁਰੂ ਦਾ ਸਰੂਪ ਆਪਣੇ ਕੋਲ ਰੱਖਾਂਗਾ। ਅਤੇ ਦੂਜੀ ਗੱਲ ਇਹ ਹੈ, ਇੱਕ ਪਾਸੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੇਰੇ ਕੋਲ ਹੈ, ਦੂਜਾ ਮੇਰੀ ਬਾਦਸ਼ਾਹ ਦੇ ਨਾਲ ਹੁਣ ਪੂਰੀ ਮਿੱਤਰਤਾ ਬਣ ਗਈ ਹੈ, ਬਾਦਸ਼ਾਹ ਨਾਲ ਮੇਰੀ ਜੁੱਟੀ ਪੈ ਗਈ ਹੈ। ਜਦੋਂ ਹਿੰਦੁਸਤਾਨ ਦਾ ਬਾਦਸ਼ਾਹ ਮੇਰੇ ਵੱਲ ਹੈ ਅਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੇਰੇ ਕੋਲ ਹੈ, ਇਹ ਦੋ ਵੱਡੀਆਂ ਤਾਕਤਾਂ ਇਸ ਵੇਲੇ ਮੇਰੇ ਕੋਲ ਹਨ। ਅਤੇ ਪੁਰ ਰੱਖੋ ਅਸਵਾਰ ਚੜ੍ਹਾਈ, ਕਹਿਣ ਲੱਗਾ ਵੀ ਬਾਦਸ਼ਾਹ ਜਿਹੜੇ ਹਨ ਉਹ ਤਾਂ ਘੋੜੇ ਚੜ੍ਹੇ ਹੁੰਦੇ ਨੇ, ਘੋੜ ਚੜ੍ਹੇ ਅਸਵਾਰ ਨੇ ਬਾਦਸ਼ਾਹ ਜਿਹੜੇ ਨੇ। ਕਹਿਣ ਲੱਗੇ ਫਿਰ ਅਤੇ ਇਸ ਕਰਕੇ ਮੈਂ ਦਿਓ ਨੌਕਰੀ ਬਿਗੜੈ ਨਾਹੀ, ਜਿਹੜੇ ਬਾਦਸ਼ਾਹ ਦੇ ਘੋੜ ਚੜ੍ਹੇ ਸਵਾਰ ਨੇ ਪਿੰਡਾਂ ਪਿੰਡਾਂ ਵਿੱਚ ਆਉਂਦੇ ਮਾਲੀਆ ਇਕੱਠਾ ਕਰਨ ਵਾਸਤੇ, ਮੈਂ ਉਹਨਾਂ ਸਾਰਿਆਂ ਨੂੰ ਤਨਖਾਹ ਦੇਵਾਂਗਾ ਸਵਾਰਾਂ ਨੂੰ। ਇਸ ਕਰਕੇ ਬਾਦਸ਼ਾਹ ਦੇ ਜਿਹੜੇ ਸਵਾਰ ਨੇ ਉਹ ਮੇਰੇ ਨਾਲ ਕਦੇ ਵਿਗੜਨਗੇ ਨਹੀਂ। ਮੈਂ ਤਾਂ ਇੱਥੇ ਕਰਤਾਰਪੁਰ ਦੇ ਵਿੱਚ ਬੜੇ ਸੁੱਖ ਦੇ ਨਾਲ ਵਸਣਾ, ਇਹਨੂੰ ਮੈਂ ਨਹੀਂ ਛੱਡਣਾ ਹੈ। ਇਸ ਤਰ੍ਹਾਂ ਸੁਣ ਕੇ ਨਾ ਸਾਰੀਆਂ ਗੱਲਾਂ ਦਾਸੀ ਨੇ ਸਮਝਾਇਆ ਅਤੇ ਬੜਾ, ਪਰ ਧੀਰਮਲ ਕੋਈ ਨਹੀਂ ਸਮਝਿਆ। ਮਾਤਾ ਨੇਤੀ ਜੀ ਜੋ ਧੀਰਮਲ ਨੂੰ ਜਨਮ ਦੇਣ ਵਾਲੇ ਨੇ, ਜੋ ਬਾਬਾ ਗੁਰਦਿੱਤਾ ਜੀ ਦੇ ਸੁਪਤਨੀ ਨੇ, ਫਿਰ ਉਹਨਾਂ ਨੇ ਕਹਿਣ ਲੱਗੇ ਸਮਝਾਉਣ ਦਾ ਯਤਨ ਕੀਤਾ ਹੈ। ਕਹਿਣ ਲੱਗੇ ਵੀ ਤੂੰ ਬੜਾ ਬੁੱਧੀਵਾਨ ਹੈ, ਬੜਾ ਸਿਆਣਾ, ਜੋ ਤੈਨੂੰ ਚੰਗਾ ਲੱਗਦਾ ਤੂੰ ਕਰਨਾ ਕਰ। ਤਾਂ ਵੀ ਇੱਕ ਵਾਰੀ ਇਹ ਧੀਰਮਲ ਜ਼ਰੂਰ ਵਿਚਾਰ ਆਪਣੇ ਮਨ ਵਿੱਚ, ਅਸੀਂ ਇਹ ਨਹੀਂ ਕਹਿੰਦੇ ਵੀ ਤੈਨੂੰ ਮਤ ਨਹੀਂ ਹੈ, ਤੂੰ ਸਿਆਣਾ ਨਹੀਂ ਹੈ, ਤੈਨੂੰ ਦੁਨੀਆਦਾਰੀ ਦਾ ਨਹੀਂ ਪਤਾ, ਤੂੰ ਬੜਾ ਸਿਆਣਾ, ਤੈਨੂੰ ਬੜੀ ਮਤ ਹੈ, ਪਰ ਇੱਕ ਵਾਰੀ ਆਪਣੇ ਮਨ ਦੇ ਵਿੱਚ ਫਿਰ ਵਿਚਾਰਨਾ ਕਰ। ਸੋ ਜੇ ਆਪਾਂ ਮੰਨ ਲਓ ਚਲੇ ਵੀ ਜਾਈਏ, ਇਹ ਤਾਂ ਤੂੰ ਕਹਿਤਾ ਨਾ ਵੀ ਮੈਂ ਨਹੀਂ ਜਾਣਾ ਉੱਥੇ, ਮੈਂ ਉੱਥੋਂ ਕੁਝ ਨਹੀਂ ਲੈਣਾ, ਚਲੋ ਤੇਰਾ ਪੱਖ ਅਸੀਂ ਸੁਣ ਲਿਆ। ਹੁਣ ਦੂਜੀ ਗੱਲ ਇਹ ਆ ਵੀ ਜੇ ਆਪਾਂ ਮੰਨ ਲਓ ਗੁਰੂ ਕੋਲ ਚਲੇ ਗਏ, ਕੀਰਤਪੁਰ ਸਾਹਿਬ ਚਲੇ ਜਾਈਏ, ਅਤੇ ਉੱਥੇ ਜਾਣ ਕੇ ਆਪਣਾ ਕੀ ਵਿਗੜੇਗਾ? ਜਾਂ ਤਾਂ ਹੋਵੇ ਨਾ ਵੀ ਗੁਰੂ ਨੇ ਆਪਣਾ ਕੋਈ ਉੱਥੋਂ ਲਾਹ ਲੈਣਾ, ਜਾਂ ਆਪਣੇ ਕੋਲੋਂ ਖੋਹ ਲੈਣਾ ਵੀ ਆਪਾਂ ਨੂੰ ਪੈ ਜਾਣਾ ਘਾਟਾ, ਫਿਰ ਤਾਂ ਆਪਾਂ ਨਾ ਜਾਈਏ। ਜਦੋਂ ਆਪਾਂ ਨੂੰ ਬੁਲਾਇਆ, ਜਿਹੋ ਜਿਹਾ ਉਹਨਾਂ ਨੇ ਬੁਲਾਇਆ ਉਹੋ ਜਿਹਾ ਆਪਾਂ ਤੁਰ ਪੈਂਦੇ ਹਾਂ, ਉਹਨਾਂ ਨੇ ਆਪਣਾ ਕਿਹੜਾ ਕੁਝ ਲਾਹ ਲੈਣਾ, ਕੋਈ ਵਿਗੜਨਾ ਥੋੜ੍ਹੀ ਹੈ ਜਾਣ ਕਰਕੇ, ਇਸ ਕਰਕੇ ਜਾਣਾ ਠੀਕ ਹੈ। ਸੋ ਜੇ ਤੇਰੇ ਮਨ ਵਿੱਚ ਡਰ ਇਹ ਹੈ ਵੀ ਉਹ ਮੇਰੇ ਕੋਲੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਖੋਹ ਲੈਣਗੇ, ਇਹ ਡਰ ਤੂੰ ਮਨ ਵਿੱਚੋਂ ਕੱਢ ਦੇ, ਤੇਰਾ ਸਰੂਪ ਅਸੀਂ ਨਹੀਂ ਖੋਣ ਦਿੰਦੇ। ਮਾਤਾ ਨੱਤੀ ਜੀ ਕਹਿ ਰਹੇ ਨੇ ਜੇ ਕੋਈ ਗੱਲ ਇਹੋ ਜਿਹੀ ਬਣੇਗੀ ਤਾਂ ਮੈਂ ਬੇਨਤੀ ਕਰ ਲਵਾਂਗੀ ਅੱਗੇ ਹੋ ਕੇ ਸਤਿਗੁਰਾਂ ਦੇ ਅੱਗੇ, ਮੈਂ ਬੇਨਤੀ ਕਰ ਲਵਾਂਗੀ ਵੀ ਮਹਾਰਾਜ ਨਾ ਧੀਰਮਲ ਕੋਲੋਂ ਸਰੂਪ ਲਓ, ਇਹ ਤੇਰੇ ਕੋਲੋਂ ਸਰੂਪ ਜਾਂਦਾ ਨਹੀਂ ਕਿਤੇ, ਡਰ ਨਾ ਤੂੰ, ਤੇਰਾ ਕੁਝ ਵਿਗੜਦਾ ਨਹੀਂ ਹੈ। ਦੂਜੀ ਗੱਲ ਇਹ ਹੈ ਵੀ ਤਾਂ ਹੀ ਇਹ ਡਰ ਹੈ ਨਾ ਜੇ ਤੂੰ ਨਾਲ ਲੈ ਕੇ ਜਾਵੇਂ, ਤੂੰ ਸਰੂਪ ਨਾਲ ਲਿਜਾ ਹੀ ਨਾ, ਤੂੰ ਸਰੂਪ ਰਹਿਣ ਦੇ ਕਰਤਾਰਪੁਰ, ਇੱਥੇ ਆਪਣੇ ਸਾਡੇ ਸੇਵਾਦਾਰ ਜਿਹੜੇ ਸੇਵਾ ਕਰਨ, ਤੂੰ ਇਕੱਲਾ ਹੀ ਜਾ ਕੀਰਤਪੁਰ, ਜਦੋਂ ਸਰੂਪ ਤੇਰੇ ਨਾਲ ਜਾਵੇਗਾ ਨਹੀਂ ਤਾਂ ਫਿਰ ਰੱਖਣਗੇ ਕੀ?
ਇਸ ਕਰਕੇ ਤੈਨੂੰ ਇਹ ਗੱਲ ਸੋਚਣੀ ਚਾਹੀਦੀ ਹੈ। ਜੇ ਸਤਿਗੁਰਾਂ ਨੇ ਤੇਰੇ 'ਤੇ ਕਿਰਪਾ ਕਰ ਦਿੱਤੀ ਤੇ ਹੋ ਸਕਦਾ ਸਤਿਗੁਰੂ ਤੈਨੂੰ ਗੁਰਗੱਦੀ 'ਤੇ ਬਿਠਾ ਦੇਣ। ਮਾਤਾ ਨੱਤੀ ਜੀ ਕਹਿ ਰਹੇ ਨੇ, ਬੁਲਾਇਆ ਤੈਨੂੰ, ਸੰਗਤ ਵੀ ਬੁਲਾਈ ਹੈ, ਕੀ ਪਤਾ ਮਹਾਰਾਜ ਦੇ ਮਨ ਵਿੱਚ ਕੀ ਹੈ। ਹੋ ਸਕਦਾ ਤੈਨੂੰ ਗੁਰਗੱਦੀ ਦੇਣ ਵਾਸਤੇ ਉਹਨਾਂ ਨੇ ਮੰਗਾਇਆ ਹੋਵੇ, ਬੁਲਾਇਆ ਹੋਵੇ, ਇਸ ਕਰਕੇ ਇਹ ਗੱਲ ਸੋਚਣਾ ਕਰ। ਜੇ ਤੈਨੂੰ ਗੁਰਗੱਦੀ 'ਤੇ ਬਿਠਾ ਦਿੱਤਾ ਤਾਂ ਫਿਰ ਤੇਰੀਆਂ ਪੰਜੇ ਉਂਗਲਾਂ ਕੇ ਹੋ ਜਾਣੇ, ਸਰੂਪ ਤੇਰੇ ਕੋਲ ਪਹਿਲਾਂ ਹੀ ਹੈ, ਗੁਰਗੱਦੀ ਤੈਨੂੰ ਦਾਦੇ ਕੋਲੋਂ ਮਿਲ ਗਈ, ਤੇਰੀ 'ਤੇ ਸਾਰੀ ਗੱਲ ਬਣ ਜਾਣੀ ਹੈ। ਤੇ ਫਿਰ ਜਿੱਥੇ ਕਿੱਥੇ ਤੇਰੀ ਬੜੀ ਡਾਢੀ ਪੂਜਾ ਸੰਗਤਾਂ ਵਿੱਚ ਹੋਇਆ ਕਰੇਗੀ। ਹੁਣ ਇਹ ਤਾਂ ਇੱਕ ਪੱਖ ਹੈ। ਦੂਜਾ ਪੱਖ ਇਹ ਹੈ ਵੀ ਮੰਨ ਲਓ ਤੈਨੂੰ ਮਹਾਰਾਜ ਨੇ ਬੁਲਾਇਆ, ਤੈਨੂੰ ਗੁਰਗੱਦੀ ਨਾਂ ਵੀ ਦੇਣ, ਤੇਰੇ ਛੋਟੇ ਭਰਾ ਸ੍ਰੀ ਹਰਿ ਰਾਏ ਸਾਹਿਬ ਜੀਆਂ ਨੂੰ ਜੇ ਮਹਾਰਾਜ ਗੁਰਗੱਦੀ ਦੇ ਦਿੰਦੇ ਹਨ ਤੇ ਤਾਂ ਵੀ ਉਹਦੇ ਵਿੱਚ ਵੀ ਤੇਰਾ ਧੀਰ ਮਲ ਭਲਾ ਹੀ ਆ। ਹੁਣ ਮੰਨ ਲਾ ਤੇਰੇ ਚਾਚਿਆਂ ਨੂੰ ਗੁਰਗੱਦੀ ਮਿਲੇ ਤੇ ਫਿਰ ਤੇਰਾ ਓਨਾ ਦਬਦਬਾ ਨਹੀਂ ਰਹਿਣਾ, ਪਰ ਜੇ ਤੇਰੇ ਭਰਾ ਨੂੰ ਮਿਲ ਜਾਵੇ ਤੇ ਤੇਰਾ ਦਬਦਬਾ ਤੇ ਉਸੇ ਤਰ੍ਹਾਂ ਹੀ ਬਣਿਆ ਰਹਿਣਾ। ਤੂੰ ਗੁਰੂ ਦਾ ਵੱਡਾ ਭਰਾ, ਪੂਜਾ ਤੇ ਫਿਰ ਵੀ ਤੇਰੀ ਹੋਣੀ ਹੈ। ਜੇ ਤੇਰੇ ਛੋਟੇ ਭਰਾ ਨੂੰ ਵੀ ਮਿਲਦੀ ਹੈ ਗੁਰਗੱਦੀ ਤੇ ਨੁਕਸਾਨ ਉਹਦੇ ਵਿੱਚ ਵੀ ਤੇਰਾ ਕੋਈ ਨਹੀਂ ਹੈ। ਇਸ ਕਰਕੇ ਸਮਝਣਾ ਕਰ, ਜੇ ਤੇਰੇ ਚਾਚਿਆਂ ਨੇ, ਹੁਣ ਬਾਬਾ ਅਨੀਰਾਜ ਜੀ ਹਾਲੇ ਜਿਉਂਦੇ ਨੇ, ਬਾਬਾ ਸੂਰਜਮਲ ਜੀ ਹਾਲੇ ਜਿਉਂਦੇ ਨੇ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਵੀ ਸਰੀਰ ਕਰਕੇ ਹਾਲੇ ਹੈ ਨਾ, ਅਤੇ ਇਹ ਮਾਤਾ ਨੱਤੀ ਜੀ ਕਹਿ ਰਿਹਾ, ਕਹਿੰਦੇ ਮੰਨ ਲਓ ਜੇ ਤੇਰੇ ਚਾਚਿਆਂ ਨੂੰ ਵੀ ਗੁਰਗੱਦੀ ਮਿਲ ਜਾਵੇ। ਅਤੇ ਕਹਿਣ ਲੱਗੇ ਫਿਰ ਜੇ ਗੁਰੂ ਮੰਨ ਲਓ ਵੀ ਇਹ ਰਿਸ ਹੈ, ਜੇ ਗੁਰੂ ਗੁੱਸੇ ਵਿੱਚ ਆ ਗਿਆ ਤਾਂ ਹੋ ਸਕਦਾ ਦੋਵਾਂ ਨੂੰ ਨਾ ਬਿਠਾਉਣ, ਇਹ ਤਾਂ ਗੁਰੂ ਦੀ ਮਰਜ਼ੀ ਹੈ ਵੀ ਉਹਨਾਂ ਨੇ ਕੀ ਕਰਨਾ ਹੈ। ਇਸ ਕਰਕੇ ਸਮਝ ਧੀਰ ਮੱਲ, ਤੇਰੀ ਨਾਰਾਜ਼ਗੀ ਜਿਹੜੀ ਹੈ ਉਹ ਤੇਰੇ ਛੋਟੇ ਭਰਾ ਦਾ ਵੀ ਨੁਕਸਾਨ ਕਰ ਸਕਦੀ ਹੈ। ਹੋ ਸਕਦਾ ਮਹਾਰਾਜ ਪੋਤਰਿਆਂ ਨੂੰ ਛੱਡ ਕੇ ਪੁੱਤਰਾਂ ਨੂੰ ਗੁਰਗੱਡੀ ਜੇ ਵੰਡ ਗਏ ਤਾਂ ਫਿਰ ਕੀ ਮਗਰੋਂ ਕਰ ਲਵੋਗੇ। ਇਸ ਕਰਕੇ ਇਹਨਾਂ ਗੱਲਾਂ ਨੂੰ ਪਰੇ ਕਰਕੇ ਚੱਲਣਾ ਕਰ, ਆਪਣਾ ਭਲਾ ਚੰਗੀ ਤਰ੍ਹਾਂ ਵਿਚਾਰ ਸੋਚ, ਇਹਨਾਂ ਦੋਵਾਂ ਗੱਲਾਂ ਵਿੱਚ ਤੈਨੂੰ ਕੋਈ ਘਾਟਾ ਨਹੀਂ ਹੈ। ਸੰਗਤਾਂ ਬੜੀਆਂ ਚੱਲ ਕੇ ਆਈਆਂ ਨੇ, ਉਹਨਾਂ ਸੰਗਤਾਂ ਦੀ ਕੋਈ ਗਿਣਤੀ ਨਹੀਂ ਹੈ। ਅਤੇ ਤੂੰ ਚੱਲ ਆਪਣੇ ਪਿਤਾਮੇ ਦਾਦੇ ਦੇ ਕੋਲ ਚੱਲ, ਜਿੱਥੇ ਤੇਰੇ ਦਾਦੇ ਦੀ ਪੂਜਾ ਹੋਣੀ ਹੈ ਨਾਲ ਤੇਰੀ ਵੀ ਹੋਣੀ ਹੈ। ਗੁਰੂ ਘਰ ਦਾ ਪੋਤਰਾ ਹੈ, ਭਾਵੇਂ ਤੂੰ ਵੱਖਰਾ, ਇਹ ਗੱਲ ਵੱਖਰੀ ਹੈ, ਪਰ ਹੈ ਤਾਂ ਗੁਰੂ ਦਾ ਹੀ ਖੂਨ ਹੈ ਨਾ, ਗੁਰੂ ਦੀ ਅੰਸ਼ ਹੈ, ਉਹ ਤੇਰੀ ਪੂਜਾ ਉੱਥੇ ਹੋਵੇਗੀ। ਚੱਲ ਤੂੰ ਨਾਲ ਇਹ ਬਚਨ ਮੰਨਣਾ ਕਰ। ਸੋ ਇਹ ਫੇਰ ਨਾ ਫੇਰ ਸਕੈ ਗੋ ਕੋ, ਜੇ ਇੱਕ ਵਾਰੀ ਮੌਕਾ ਲੰਘ ਗਿਆ ਨਾ ਧੀਰ ਮਾਲ ਹੱਥੋਂ, ਤੇ ਇਹ ਮੌਕੇ ਨੂੰ ਦੁਬਾਰਾ ਕਿਸੇ ਨੇ ਮੋੜ ਨਹੀਂ ਸਕਣਾ, ਮੁੜ ਕੇ ਦੁਬਾਰਾ ਹੱਥ ਨਹੀਂ ਆਉਣਾ ਹੈ। ਇਸ ਕਰਕੇ ਹੁਣ ਜੋ ਵੇਗਾ ਆਪਾਂ ਵੇਖ ਲਵਾਂਗੇ, ਇਸ ਕਰਕੇ ਤੂੰ ਜ਼ਰੂਰ ਚੱਲਣਾ ਕਰ। ਸਤਿਗੁਰੂ ਪਾਤਸ਼ਾਹ ਗੁਰਗੱਦੀ ਦੇਣ ਜਾਂ ਨਾ ਦੇਣ, ਇਹ ਤੇ ਇੱਕ ਵੱਖਰੀ ਗੱਲ ਹੈ, ਤੇ ਆਪਣੀ ਪੂਜਾ ਤੇ ਕਰਵਾ ਨਾ ਤੂੰ ਬੈਠ ਕੇ, ਚੱਲ ਤੈਨੂੰ ਕੀਰਤਪੁਰ ਲੈ ਕੇ ਚੱਲੀਏ। ਇਸ ਤਰ੍ਹਾਂ ਸੁਣ ਕੇ ਨਾ ਬਚਨ ਧੀਰ ਮਲ ਮੰਨ ਹੀ ਗਿਆ, ਕਹਿਣ ਲੱਗਾ ਠੀਕ ਹੈ ਮਾਤਾ ਜੀ ਤੂੰ ਬਹੁਤਾ ਜ਼ੋਰ ਪਾਉਣੀ ਹੈ ਨਾ, ਤੇ ਚੱਲ ਫਿਰ ਮੈਂ ਚੱਲ ਹੀ ਪੈਂਦਾ ਤੇਰੇ ਨਾਲ। ਕਹਿੰਦੇ ਧੀਰ ਮਲ ਦਾ ਮਨ ਤੇ ਨਹੀਂ ਕਰਦਾ, ਪਰ ਆਪਣੀ ਮਾਤਾ ਦੇ ਮਾਂ ਦੇ ਵਾਰ ਵਾਰ ਕਹਿਣ 'ਤੇ ਧੀਰ ਮਲ ਨੂੰ ਚੱਲਣ ਵਾਸਤੇ ਕਹਿਣ ਲੱਗੇ ਵੀ ਮਨਜ਼ੂਰੀ ਮਿਲੀ ਹੈ। ਕਹਿਣ ਲੱਗਾ ਮਾਤਾ ਜਦੋਂ ਕੱਲ੍ਹ ਨੂੰ ਦਿਨ ਚੜ੍ਹਿਆ ਨਾ, ਆਪਾਂ ਦਿਨ ਚੜ੍ਹਦਿਆਂ ਤੜਕੇ ਹੀ
ਘੋੜਿਆਂ ਦੇ ਉੱਪਰ ਸਵਾਰ ਹੋ ਕੇ ਚੱਲ ਪੈਣਾ ਹੈ ਤੇ ਕਹਿਣ ਲੱਗੇ ਵੀ ਚੜ ਗਿਆ ਘੋੜੇ ਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਛੇਤੀ ਨਾਲ ਸਫ਼ਰ ਨਿਬੇੜ ਕੇ ਤੇ ਪਹੁੰਚ ਗਿਆ ਭਾਈ ਧੀਰ ਮੱਲ ਕੀਰਤਪੁਰ ਜਿੱਥੇ ਸਤਿਗੁਰੂ ਬੈਠੇ ਸਨ ਗੁਰੂ ਹਰਗੋਬਿੰਦ ਪਾਤਸ਼ਾਹ। ਇਹ ਜਾਣ ਨਾਲੋਂ ਤੇ ਸਗੋਂ ਨਾ ਜਾਂਦਾ ਤੇ ਚੰਗੀ ਗੱਲ ਸੀ, ਹੁਣ ਚਲਾ ਗਿਆ, ਪਰ ਜਿਹੜਾ ਇਹਨੇ ਉੱਥੇ ਜਾ ਕੇ ਗੱਲਾਂ ਬਾਤਾਂ ਕਰ ਲੈਣੀਆਂ ਉਹਦੇ ਨਾਲ ਸਗੋਂ ਜ਼ਿਆਦਾ ਝਗੜਾ ਵਧਣਾ। ਚਲਾ ਗਿਆ ਸਤਿਗੁਰਾਂ ਦੇ ਕੋਲ ਜਿੱਥੇ ਮਹਾਰਾਜ ਉੱਚੀ ਜਗ੍ਹਾ 'ਤੇ ਬੈਠੇ ਸਨ। ਕਹਿੰਦੇ ਧੀਰ ਮੱਲ ਉੱਥੇ ਪਹੁੰਚਾ ਹੈ, ਸਤਿਗੁਰਾਂ ਦੇ ਕੋਲ ਹੋ ਕੇ ਹੁਣ ਸਤਿਗੁਰੂ ਗੁਰਗੱਦੀ ਦੇ ਮਾਲਕ ਨੇ ਛੇਵੇਂ ਪਾਤਸ਼ਾਹ, ਨਾਲੇ ਹੁਣ ਧੀਰ ਮੱਲ ਦੇ ਦਾਦਾ ਜੀ ਵੀ ਲੱਗਦੇ ਨੇ, ਵੱਡੇ ਨੇ, ਉਮਰ ਵਿੱਚ ਵੀ ਵੱਡੇ ਨੇ, ਰਿਸ਼ਤੇ ਵਿੱਚ ਵੀ ਵੱਡੇ ਨੇ, ਅਤੇ ਗੁਰੂ ਪਦਵੀ 'ਤੇ ਤਾਂ ਬਰਾਦੇ ਹੀ ਹੋਏ ਨੇ। ਧੀਰ ਮੱਲ ਨੇ ਇਹ ਗੱਲਾਂ ਵਿਚਾਰ ਕੇ ਆਪਣੇ ਦੋਨੇ ਹੱਥ ਜੋੜ ਕੇ ਆਪਣੇ ਦਾਦਾ ਸਤਿਗੁਰੂ ਨੂੰ ਮੱਥਾ ਟੇਕਿਆ ਹੈ ਅਤੇ ਸਤਿਗੁਰਾਂ ਦੇ ਕਮਲ ਵਰਗੇ ਚਰਨਾਂ 'ਤੇ ਮੱਥਾ ਟੇਕ ਕੇ ਅਤੇ ਮਹਾਰਾਜ ਦੇ ਕੋਲ ਹੀ ਬੈਠ ਗਿਆ। ਪਰ ਕਹਿੰਦੇ ਹੰਕਾਰ ਬੜਾ ਮਨ ਦੇ ਵਿੱਚ ਵੀ ਇਹ ਇਹੋ ਹੀ ਸੋਚੀ ਬੈਠਾ ਵੀ ਦਾਦੇ ਨੇ ਗੁਰਗੱਦੀ ਪਹਿਲੀ ਗੱਲ ਤਾਂ ਮੈਨੂੰ ਮਿਲਣੀ ਹੈ, ਮੈਂ ਹੀ ਗੁਰੂ ਬਣਨਾ, ਨਾ ਵੀ ਦੇਵੇਗਾ ਤੇ ਤਾਂ ਵੀ ਮਗਰੋਂ ਮੈਂ ਗੁਰੂ 'ਤੇ ਬਣ ਹੀ ਜਾਣਾ, ਮੈਨੂੰ ਕੌਣ ਰੋਕ ਸਕਦਾ ਹੈ। ਇਹ ਇਹ ਮਨ ਵਿੱਚ ਹੰਕਾਰ ਬੜਾ ਵੱਡਾ ਇਹਦੇ ਭਰਿਆ ਹੋਇਆ। ਕਹਿੰਦੇ ਪੂਰੇ ਹੰਕਾਰ ਦੇ ਨਾਲ ਕੋਲ ਬੈਠਾ ਹੈ, ਸਤਿਗੁਰਾਂ ਨੇ ਬੁਲਾਇਆ, ਕਹਿਣ ਲੱਗੇ ਧੀਰ ਮੱਲ ਠੀਕ ਠਾਕ ਹੈ ਨਾ, ਤੇਰੀ ਸਿਹਤ ਕਿਵੇਂ ਹੈ, ਤੇਰਾ ਇਲਾਕਾ ਕਿਵੇਂ ਹੈ, ਤੇਰਾ ਉੱਥੇ ਪਰਿਵਾਰ ਕਿਵੇਂ ਹੈ, ਤੇਰੀਆਂ ਸੰਗਤਾਂ ਕਿਵੇਂ, ਪੁੱਛ ਲਿਆ ਮਹਾਰਾਜ ਨੇ ਧੀਰ ਮੱਲ ਨੂੰ। ਕਹਿਣ ਲੱਗੇ ਆਪਣੀ ਖੈਰ ਸੁੱਖ ਸੁਣਾ ਵੀ ਤੇਰਾ ਕੀ ਹਾਲ ਚਾਲ ਹੈ, ਤੂੰ ਚਾਹੁੰਦਾ ਸੀ ਵੀ ਮੈਂ ਕਰਤਾਰਪੁਰ ਰਹਿਣਾ, ਮੈਨੂੰ ਬੜਾ ਚੰਗਾ ਲੱਗਦਾ, ਅਤੇ ਕੀ ਕਰਤਾਰਪੁਰ ਵਿੱਚ ਤੇਰਾ ਠੀਕ ਜੀ ਲੱਗਾ ਹੋਇਆ, ਤੇਰਾ ਮਨ ਲੱਗਾ ਹੋਇਆ, ਕੀ ਕਰਤਾਰਪੁਰ ਤੈਨੂੰ ਕਿੰਨਾ ਕੁ ਚੰਗਾ ਲੱਗਦਾ, ਉੱਥੇ ਕਿਵੇਂ ਤੇਰਾ ਕੰਮ ਕਾਰ ਚੱਲਦਾ, ਇਹ ਮਹਾਰਾਜ ਨੇ ਪੁੱਛਿਆ ਹੈ। ਉਸ ਵੇਲੇ ਹੱਥ ਜੋੜ ਕੇ ਇਹ ਜਿਹੜਾ ਧੀਰ ਮੱਲ ਹੈ ਸਤਿਗੁਰਾਂ ਨੂੰ ਬੇਨਤੀ ਕਰਨ ਲੱਗਾ ਹੈ, ਮਹਾਰਾਜ ਪਿੰਡ ਤੇ ਤੁਹਾਡਾ ਸੀ ਪਰ ਰੱਖਿਆ ਉਹ ਪਿੰਡ ਦੀ ਮੈਂ ਕੀਤੀ ਹੈ, ਇੱਥੋਂ ਬੋਲਿਆ ਆਪਣੇ ਦਾਦੇ ਨੂੰ ਉੱਤਰ ਦਿੰਦਾ ਪਿਆ, ਮਹਾਰਾਜ ਪਿੰਡ ਤੇ ਹੈ ਤੁਹਾਡਾ, ਤੁਹਾਡੇ ਪਿਤਾ ਨੇ ਧੰਨ ਗੁਰੂ ਅਰਜਨ ਸਾਹਿਬ ਜੀਆਂ ਨੇ ਇਹ ਨਗਰ ਜਿਹੜਾ ਕਰਤਾਰਪੁਰ ਵਸਾਇਆ, ਸੋ ਮਹਾਰਾਜ ਪਿੰਡ 'ਤੇ ਤੁਹਾਡਾ ਸੀ, ਪਰ ਜਿਵੇਂ ਦਾ ਤੁਸੀਂ ਉੱਥੇ ਜੰਗ ਕਰਕੇ ਅਤੇ ਮੁਗਲਾਂ ਨੂੰ ਮਾਰ ਕੇ ਆਇਓ ਨਾ, ਜੇ ਮੈਂ ਨਾਲਾ ਹੁੰਦਾ ਤਾਂ ਮਹਾਰਾਜ ਪਿੰਡ ਜਾਣਾ ਸੀ ਉਜੜ, ਤੁਸੀਂ ਤਾਂ ਪਿੰਡ ਉਜਾੜਨ ਵੱਲੋਂ ਕੋਈ ਕਸਰ ਛੱਡੀ ਨਹੀਂ, ਇਹ ਤਾਂ ਮੈਂ ਹੀ ਤੁਹਾਡਾ ਪੋਤਰਾ ਇੰਨਾ ਯੋਗ ਅਤੇ ਇੰਨਾ ਸਿਆਣਾ ਵੀ ਆਪਣੇ ਵੱਡਿਆਂ ਦੇ ਵਸਾਏ ਪਿੰਡ ਨੂੰ ਬਚਾ ਕੇ ਬੈਠ ਗਿਆ, ਮਹਾਰਾਜ ਬਚਾਈ ਬੈਠਾ ਮੈਂ ਪਿੰਡ, ਪਰ ਤੁਸੀਂ ਉਜਾੜਨ ਵੱਲੋਂ ਕੋਈ ਕਸਰ ਕੋਈ ਨਹੀਂ ਛੱਡੀ ਹੈ, ਪਿੰਡ ਤਾਂ ਤੁਹਾਡੇ ਵੱਡਿਆਂ ਦਾ ਹੈ ਪਰ ਉਹਨੂੰ ਬਚਾਇਆ ਮੈਂ ਹੋਇਆ ਹੈ। ਧੀਰ ਮੱਲ ਨੇ ਇਸ ਤਰ੍ਹਾਂ ਟੇਢਾ ਜਿਹਾ ਜਵਾਬ ਆਪਣੇ ਦਾਦਾ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਆਖਿਆ ਹੈ, ਮਹਾਰਾਜ ਤੁਸੀਂ ਤਾਂ ਜੰਗ ਕਰਕੇ ਆ ਗਏ ਪਰ ਮੈਂ ਬਾਦਸ਼ਾਹ ਦੇ ਨਾਲ ਸੰਧੀ ਕਰ ਲਈ, ਮੇਲ ਮਿਲਾਪ ਬਣਾ ਲਿਆ ਉਸੇ ਵੇਲੇ, ਅਤੇ ਬਾਦਸ਼ਾਹ ਨਾਲ ਸੰਧੀ ਹੋਈ, ਮੇਲ ਮਿਲਾਪ ਹੋਇਆ, ਅਤੇ ਤਾਂ ਮਹਾਰਾਜ ਉਹ ਪਿੰਡ ਬਚਿਆ, ਨਹੀਂ ਤਾਂ ਜਿੰਨੀ ਤੁਸੀਂ ਫੌਜ ਮਾਰ ਕੇ ਬਾਦਸ਼ਾਹ ਦੀ ਆਏ ਹੋ, ਬਾਦਸ਼ਾਹ ਨੇ ਤਾਂ ਕਰਤਾਰਪੁਰ ਦਾ ਨਾਮੋ ਨਿਸ਼ਾਨ ਮਿਟਾ ਦੇਣਾ ਸੀ, ਇਹ ਮੈਂ ਬਾਦਸ਼ਾਹ ਦੇ ਨਾਲ ਮੇਲ ਜੋਲ ਕਰਕੇ ਆਪਣਾ ਪਿੰਡ ਬਚਾਇਆ ਹੈ। ਬਾਦਸ਼ਾਹ ਹੈ ਤਾਂ ਬੜਾ ਗੁੱਸੇ ਵਿੱਚ ਪਰ ਮੇਰੀਆਂ ਇੰਨੀਆਂ ਚੰਗੀਆਂ ਗੱਲਾਂ ਸੁਣ ਕੇ ਅਤੇ ਬਾਦਸ਼ਾਹ ਦਾ ਗੁੱਸਾ ਗਿਆ ਉਤਰ, ਉਹ ਬਣ ਗਿਆ ਮੇਰਾ ਮਿੱਤਰ, ਇਸ ਕਰਕੇ ਮੈਂ ਬਾਦਸ਼ਾਹ ਦੇ ਨਾਲ ਹੁਣ ਮਿੱਤਰਤਾ ਹੀ ਲਈ ਹੈ ਬਣਾ, ਅਤੇ ਬਾਦਸ਼ਾਹ ਦਾ ਗੁੱਸਾ ਕਰ ਲਿਆ ਠੰਡਾ, ਅਤੇ ਤਾਂ ਇਹ ਪਿੰਡ ਬਚਿਆ ਹੋਇਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸੁਣਿਆ ਵਜਨ ਅਤੇ ਮਹਾਰਾਜ ਅੰਦਰੋਂ ਅੰਦਰੀ ਖੁਸ਼ ਵੀ ਹੋਏ, ਅਤੇ ਸਤਿਗੁਰੂ ਜਾਣਦੇ ਵੀ ਧੀਰ ਮੱਲ ਕਪਟ ਕਰਨ ਵਾਲੀਆਂ ਗੱਲਾਂ ਛੱਡਦਾ ਨਹੀਂ ਹੈ,
ਬੋਲਿਆ ਕਿੱਥੋਂ ਹੈ ਵੀ ਤੁਸੀਂ ਤਾਂ ਉਜਾੜ ਕੇ ਆ ਗਏ, ਸਾਰੇ ਬੰਦੋਬਸਤ ਉਜਾੜਨ ਦੇ ਹੀ ਕਰਕੇ ਆਏ, ਮੈਂ ਹੀ ਬਚਾ ਲਿਆ, ਮੇਰੀ ਸਿਆਣਪ ਹੈ। ਮਹਾਰਾਜ ਜਾਣ ਗਏ ਵੀ ਇਹ ਹਾਲੇ ਵੀ ਮਨ ਵਿੱਚ ਕਪਟ ਜਿਹੜਾ ਇਸਨੇ ਰੱਖਿਆ ਹੋਇਆ ਹੈ। ਸਤਿਗੁਰੂ ਮਹਾਰਾਜ ਹੱਸ ਪੈ ਨਾਲੇ ਥਾਪੜਾ ਦਿੱਤਾ ਧੀਰਮਲ ਨੂੰ, ਕਹਿਣ ਲੱਗੇ ਬੱਲੇ ਬੱਲੇ ਧੀਰਮਲ, ਫਿਰ ਤਾਂ ਬੜਾ ਹੀ ਚੰਗਾ ਕੀਤਾ, ਇਹ ਤਾਂ ਬਹੁਤ ਚੰਗਾ ਕੀਤਾ ਜਿਹੜਾ ਤੂੰ ਪਿੰਡ ਬਚਾ ਲਿਆ ਨਾ ਵਿੱਚ ਪੈ ਕੇ ਭੱਜ ਨੱਠ ਕੇ, ਇਹ ਬੜੀ ਸਿਆਣਪ ਵਾਲੀ ਗੱਲ ਕੀਤੀ ਹੈ, ਬੜਾ ਚੰਗਾ ਕੀਤਾ, ਅਸੀਂ ਬੜੇ ਖੁਸ਼ ਹੋਏ ਅਤੇ ਇਸ ਤੇਰੇ ਇਸ ਉਪਰਾਲੇ ਦੇ ਉੱਪਰ। ਮਹਾਰਾਜ ਨੇ ਇਸ ਤਰ੍ਹਾਂ ਕਹਿ ਦਿੱਤਾ ਹੈ। ਉਸ ਵੇਲੇ ਜਦੋਂ ਇਹ ਬਚਨ ਸੁਣੇ ਤਾਂ ਫਿਰ ਹੋਰ ਜ਼ਿਆਦਾ ਖੁਸ਼ ਹੋ ਗਿਆ ਧੀਰਮਲ, ਅਤੇ ਸਤਿਗੁਰਾਂ ਨੂੰ ਮੱਥਾ ਟੇਕ ਕੇ ਕਹਿਣ ਲੱਗਾ ਮਹਾਰਾਜ ਬੜੀ ਦੂਰੋਂ ਆਇਆ, ਮੈਂ ਤਾਂ ਥੱਕਿਆ ਹੋਇਆ, ਤੁਸੀਂ ਤਾਂ ਵਿਹਲੇ ਹੋ ਇੱਥੇ ਬੈਠੇ ਹੋ, ਨਾ ਤੁਹਾਨੂੰ ਥਕਾਵਟ, ਮੈਂ ਤਾਂ ਦੂਰੋਂ ਆਇਆ ਨਾ ਚੱਲ ਕੇ। ਮਹਾਰਾਜ ਦੱਸੋ ਮੇਰਾ ਕਿੱਥੇ ਲਾਇਆ ਤੁਸੀਂ ਸੌਣ ਬਹਿਣ ਦਾ, ਜਿਹੜਾ ਘਰ ਮੇਰਾ ਕਿੱਥੇ ਆ, ਕਿੱਥੇ ਜਾ ਕੇ ਮੈਂ ਆਰਾਮ ਕਰਨਾ। ਸਤਿਗੁਰਾਂ ਨੇ ਦੋ ਸੇਵਾਦਾਰ ਨਾਲ ਭੇਜੇ, ਕਹਿੰਦੇ ਜਾਓ ਭਾਈ ਇਹ ਥੱਕ ਕੇ ਆਇਆ, ਇਹਨੂੰ ਆਰਾਮ ਕਰਨ ਵਾਸਤੇ ਜਗ੍ਹਾ ਦਿਓ। ਇੱਕ ਸੋਹਣੀ ਜਗ੍ਹਾ 'ਤੇ ਜਾ ਕੇ ਇਹ ਜਿਹੜਾ ਧੀਰਮਲ ਆਰਾਮ ਕਰਨ ਵਾਸਤੇ ਸੌਂ ਗਿਆ ਹੈ। ਕਹਿਣ ਲੱਗੇ ਵੀ ਉਸ ਵੇਲੇ ਇਹ ਫੱਗਣ ਦਾ ਮਹੀਨਾ ਜਿਹੜਾ ਹੈ ਨਾ ਉਹ ਨੇੜੇ ਆ ਗਿਆ, ਫੱਗਣ ਦਾ ਮਹੀਨਾ ਚੱਲਦਾ ਪਿਆ ਹੈ। ਕਹਿਣ ਲੱਗੇ ਵੀ ਨੇੜੇ ਨੇੜੇ ਜਿਹੜੇ ਪਿੰਡ ਨੇ ਨਾ ਉਹਨਾਂ ਪਿੰਡਾਂ ਵਿੱਚ ਮੇਲਾ ਲੱਗਾ ਹੋਇਆ ਹੈ, ਅਤੇ ਇਹ ਸਾਰੇ ਪਿੰਡ ਜਿਹੜੇ ਨੇ ਦਰਸ਼ਨ ਕਰਨ ਵਾਸਤੇ ਆਏ। ਕੁਝ ਕੁ ਸੰਗਤਾਂ ਗੁਰੂ ਦੀ ਕਾਰ ਭੇਟਾ, ਗੁਰੂ ਦੀ ਗਰਾਹੀ ਇਕੱਠੀ ਕਰਕੇ ਲੈ ਕੇ ਆਈਆਂ, ਅਤੇ ਸਤਿਗੁਰਾਂ ਦੇ ਨੇੜੇ ਨੇੜੇ ਮੇਲੇ ਸਾਰੇ ਲੱਗ ਗਏ, ਸੰਗਤਾਂ ਬਹੁਤ ਜ਼ਿਆਦੀਆਂ ਇਕੱਠੀਆਂ ਹੋ ਗਈਆਂ, ਅਤੇ ਸੰਗਤਾਂ ਜਿਹੜੀਆਂ ਨੇ ਨਾ ਹੋਲੀ ਖੇਡ ਰਹੀਆਂ। ਫੱਗਣ ਦਾ ਮਹੀਨਾ ਹੋਲੀਆਂ ਦੇ ਦਿਨ ਚੱਲਦੇ ਪਏ, ਕੋਈ ਹੋਲੀ ਖੇਡਦਾ ਪਿਆ, ਇਸ ਤਰ੍ਹਾਂ ਦੇ ਸਾਰੇ ਕੰਮ ਹੋ ਰਹੇ ਹਨ। ਕਿਸੇ ਨੇ ਰੰਗ ਅਤੇ ਕਿਸੇ ਨੇ ਗੁਲਾਲ ਅਤੇ ਅੰਬੀਰਨ ਤੋਂ ਭਾਵ ਹੁੰਦਾ ਹੈ। ਕਹਿਣ ਲੱਗੇ ਵੀ ਇਸੇ ਤਰ੍ਹਾਂ ਖੁਸ਼ਬੂਦਾਰ ਜਿਹੜੇ ਧੂੜੇ ਨੇ ਨਾ ਇਤਿਹਾਦਿਕ ਰੰਗ, ਉਹ ਇੱਕ ਦੂਜੇ ਦੇ ਉੱਪਰ ਪਾਏ ਜਾ ਰਹੇ ਹਨ, ਅਤੇ ਇਸ ਤਰ੍ਹਾਂ ਸੰਗਤਾਂ ਸ਼ਬਦਾਂ ਨੂੰ ਗਾਉਂਦੀਆਂ ਹਨ, ਅਤੇ ਸਤਿਗੁਰਾਂ ਦੇ ਸਥਾਨ 'ਤੇ ਆ ਕਰਕੇ ਦਰ ਬੰਦੇ ਤੋਂ ਭਾਵ ਦਰਵਾਜ਼ੇ 'ਤੇ ਆ ਕੇ ਮੱਥਾ ਟੇਕਦੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਵੇਲੇ ਆਗਿਆ ਕੀਤੀ ਹੈ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਪੂਰਨਮਾਸ਼ੀ ਦੇ ਵਿੱਚ ਭਾਈ 3 ਦਿਨ ਰਹਿ ਗਏ ਨੇ, ਅਤੇ 3 ਦਿਨ ਜਦੋਂ ਬਤੀਤ ਹੋ ਜਾਣਗੇ, ਸਤਿਗੁਰੂ ਜੀ ਕਹਿੰਦੇ ਭਾਈ ਹੁਣ ਅਸੀਂ 3 ਦਿਨਾਂ ਬਾਅਦ ਦਰਸ਼ਨ ਬਖਸ਼ਿਸ਼ ਕਰਾਂਗੇ, ਹੁਣ 3 ਦਿਨ ਜਿਹੜੇ ਹਨ ਅਸੀਂ ਦਰਸ਼ਨ ਨਹੀਂ ਦੇਣੇ, 3 ਦਿਨਾਂ ਬਾਅਦ ਪੂਰਨਮਾਸੀ ਦਾ ਦਿਹਾੜਾ ਉਦੋਂ ਦਰਸ਼ਨ ਬਖਸ਼ਿਸ਼ ਕਰਾਂਗੇ, ਅਤੇ ਉਹਨਾਂ ਚਿਰ ਤੁਸੀਂ ਆਪਣੀਆਂ ਖੁਸ਼ੀਆਂ ਮਨਾਓ, ਹੋਲੀ ਖੇਡੋ, ਅਤੇ ਇਹ ਆਨੰਦ ਨਜ਼ਾਰੇ ਜਿਹੜੇ ਨੇ ਲੈਣਾ ਕਰੋ ਜੀ। ਸੋ ਉਸ ਤੋਂ ਮਗਰੋਂ ਫਿਰ ਏਕਮ ਅਤੇ ਦੂਜੇ ਜਿਹੜੀਆਂ ਥਿੱਤਾਂ ਨੇ, ਫਿਰ ਮੇਲਾ ਉਸ ਤੋਂ ਮਗਰੋਂ ਵੀ ਰਹੇਗਾ, ਉਸ ਤੋਂ ਮਗਰੋਂ ਭਾਈ ਜਾਇਓ। ਇਹ ਪੂਰਨਮਾਸ਼ੀ ਤੋਂ ਅੱਗੇ ਜਾ ਕੇ ਫਿਰ ਥਿੱਤਾਂ ਚੱਲ ਪੈਂਦੀਆਂ, ਇਹ 2-4 ਥਿੱਤਾਂ ਹੋਰ ਰਹਿ ਕੇ ਅਤੇ ਫਿਰ ਤੁਸੀਂ ਆਪੋ ਆਪਣੇ ਘਰਾਂ ਨੂੰ ਜਾਣਾ, ਇਸ ਤਰ੍ਹਾਂ ਮਹਾਰਾਜ ਨੇ ਸੰਗਤ ਨੂੰ ਆਖਿਆ ਹੈ। ਜਿੰਨੀਆਂ ਦੂਰੋਂ ਸੰਗਤਾਂ ਆਈਆਂ ਉਹ ਵੀ ਰੋਕ ਲਈਆਂ, ਮਹਾਰਾਜ ਕਹਿੰਦੇ ਭਾਈ ਵਾਪਸ ਨਾ ਜਾਇਓ, ਰਵੋ ਇੱਥੇ ਸਾਡੇ ਕੋਲ। ਜਿਹੜੀਆਂ ਨੇੜੇ ਦੀਆਂ ਸੰਗਤਾਂ ਉਹ ਵੀ ਮਹਾਰਾਜ ਨੇ ਰੋਕ ਲਈਆਂ, ਕਹਿੰਦੇ ਤੁਸੀਂ ਵੀ ਨਹੀਂ ਜਾਣਾ, ਤੁਸੀਂ ਵੀ ਰਹੋ ਇੱਥੇ। ਜਿੰਨੀਆਂ ਸੰਗਤਾਂ ਦੂਰੋਂ ਜਾਂ ਨੇੜਿਓਂ ਆਈਆਂ ਸਾਰੀਆਂ ਮਹਾਰਾਜ ਨੇ ਕਹਿ ਕੇ ਰੋਕ ਲਈਆਂ ਹਨ, ਅਤੇ ਸੰਗਤਾਂ ਵੀ ਖੁਸ਼ ਹੋ ਗਈਆਂ ਵੀ ਸਤਿਗੁਰਾਂ ਨੇ ਸਾਨੂੰ ਆਪ ਕਹਿ ਕੇ ਰੋਕਿਆ ਵੀ ਭਾਈ ਜਾਇਓ ਨਾ, ਸੰਗਤਾਂ ਬਹੁਤ ਖੁਸ਼ ਹਨ। ਕਹਿਣ ਲੱਗੇ ਵੀ ਸੰਗਤ ਵਿੱਚ ਮੇਵੜੇ ਜਿਹੜੇ ਅਰਦਾਸੀਏ ਨੇ ਮਹਾਰਾਜ ਦੇ ਅੱਗੇ ਖੜ ਕੇ ਜਿਹੜੇ ਅਰਦਾਸ ਕਰਦੇ ਹਨ, ਅਤੇ ਸਤਿਗੁਰੂ ਜਿਹੜਾ ਹੁਕਮ ਦਿੰਦੇ ਨੇ ਨਾ ਭਾਈ ਆਹ ਕੰਮ ਕਰਨਾ,
ਉਹ ਫਿਰ ਉੱਚੀ ਸਾਰੀ ਬੋਲ ਕੇ, ਅੱਜ ਤਾਂ ਚਲੋ ਸਾਡੇ ਕੋਲ ਸਪੀਕਰ ਨੇ, ਮੈਕ ਨੇ, ਬੋਲਦੇ ਹਾਂ, ਇੱਕ ਜਣਾ ਬੋਲਦਾ, ਕਈ ਦੂਰ ਤੱਕ ਆਵਾਜ਼ ਸੁਣਾਈ ਦਿੰਦੀ ਹੈ, ਉਹਨਾਂ ਸਮਿਆਂ ਵਿੱਚ ਇਹ ਵਸਤੂਆਂ ਨਹੀਂ। ਸਤਿਗੁਰੂ ਜਿਹੜਾ ਹੁਕਮ ਕਰਦੇ ਉਹ ਮਹਾਰਾਜ ਦੇ ਅਰਦਾਸੀਏ ਜਿਹੜੇ ਸਿੱਖ ਨੇ ਫਿਰ ਉੱਚੀ ਬੋਲ ਕੇ ਸਾਰਿਆਂ ਨੂੰ, ਜਿੱਥੇ ਜਿੱਥੇ ਕੋਈ ਬੈਠਾ ਨਾ, ਪੰਡਾਲ ਲੱਗੇ ਆ, ਤੰਬੂ ਲੱਗੇ ਨੇ, ਜਿੱਥੇ ਜਿੱਥੇ ਰਹਿਸ਼ ਮਿਲੀ ਹੈ ਉੱਥੇ ਉੱਥੇ ਜਾ ਕੇ ਦੱਸਦੇ ਹਨ। ਧੀਰਮਲ ਦੇ ਮਨ ਵਿੱਚ ਚਿੰਤਾ ਪੈ ਗਈ ਵੀ ਮਹਾਰਾਜ ਨੇ ਸੰਗਤਾਂ ਆਈਆਂ ਤੇ ਰੋਕ ਕਿਉਂ ਲਈਆਂ, ਸੰਗਤਾਂ ਆਈਆਂ ਮੱਥਾ ਟੇਕਣ ਤੇ ਆਪਣੇ ਘਰ ਨੂੰ ਜਾਣ, ਮਹਾਰਾਜ ਕਹਿੰਦੇ ਵੀ ਕਿਸੇ ਨੇ ਜਾਣਾ ਨਹੀਂ, ਇੱਥੇ ਰਹੋ ਦੋ ਚਾਰ ਦਿਨ। ਜਦੋਂ ਇਹ ਗੱਲ ਦਾ ਧੀਰਮਲ ਨੂੰ ਪਤਾ ਲੱਗਾ, ਉਹਦੇ ਮਨ ਵਿੱਚ ਚਿੰਤਾ ਪੈਦਾ ਹੋ ਗਈ ਵੀ ਮਹਾਰਾਜ ਨੇ ਸੰਗਤਾਂ ਨੂੰ ਕਿਉਂ ਰੋਕਿਆ ਹੈ। ਦੂਜੀ ਗੱਲ ਇਹ ਹੈ ਵੀ ਮਹਾਰਾਜ ਮੇਰੇ ਵੱਲ ਬਹੁਤਾ ਧਿਆਨ ਨਹੀਂ ਕਰਦੇ। ਹੁਣ ਧੀਰਮਲ ਨੂੰ ਤਾਂ ਇਹ ਹੈ ਨਾ ਵੀ ਮਹਾਰਾਜ ਮੈਨੂੰ ਵਾਰ ਵਾਰ ਸੱਦਣ, ਆਪਣੇ ਕੋਲ ਬਿਠਾਉਣ, ਮੇਰੇ ਨਾਲ ਗੱਲਾਂ ਬਾਤਾਂ ਕਰਨ, ਅਤੇ ਮੈਂ ਕੁਝ ਗੁਰੂ ਕੋਲੋਂ ਪੁੱਛਾਂ, ਕੁਝ ਮੈਨੂੰ ਪਤਾ ਲੱਗੇ ਵੀ ਕਾਰਨ ਕੀ ਹੈ। ਇਹ ਸਤਿਗੁਰੂ ਮੈਨੂੰ ਨਹੀਂ ਬੁਲਾਉਂਦੇ, ਮੇਰੇ ਵੱਲ ਰੁੱਖ ਨਹੀਂ ਕਰਦੇ, ਮੇਰੇ ਵੱਲ ਬਹੁਤਾ ਧਿਆਨ ਨਹੀਂ ਦਿੰਦੇ। ਮੈਂ ਆਖਿਆ ਵੀ ਮੈਂ ਪਿੰਡ ਬਚਾਇਆ, ਕਹਿੰਦੇ ਚਲੋ ਠੀਕ ਹੈ, ਬੜਾ ਚੰਗਾ ਕੀਤਾ, ਇਹਦੇ ਤੋਂ ਅੱਗੇ ਗੱਲ ਕੋਈ ਕੀਤੀ ਨਹੀਂ ਹੈ। ਇਸ ਗੱਲ ਦੀ ਮਨ ਵਿੱਚ ਚਿੰਤਾ ਹੈ। ਹੁਣ ਧੀਰਮਲ ਸੋਚਦਾ ਵੀ ਮਹਾਰਾਜ ਗੁਰਗੱਦੀ ਕਿਹਨੂੰ ਦੇਣਗੇ। ਹੁਣ ਇਹਨੂੰ ਪਤਾ ਲੱਗ ਗਿਆ ਵੀ ਜੇ ਸੰਗਤਾਂ ਰੋਕ ਲਈਆਂ ਮਹਾਰਾਜ ਨੇ ਆਪਣੇ ਕੋਲ, ਇਹਦਾ ਮਤਲਬ ਇਹ ਹੈ ਵੀ ਮਹਾਰਾਜ ਕੋਈ ਵੱਡਾ ਕੰਮ ਕਰਨ ਲੱਗੇ ਨੇ। ਹੋ ਸਕਦਾ ਮਹਾਰਾਜ ਗੁਰਗੱਦੀ ਦੇਣ, ਫਿਰ ਗੁਰਗੱਦੀ ਕਿਹਨੂੰ ਦੇਣਗੇ। ਸੂਰਜਮੱਲ ਵੀ ਕੋਲ ਹੈ, ਅਨੀ ਰਾਏ ਵੀ ਕੋਲ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਵੀ ਕੋਲ ਨੇ। ਕੀ ਪਤਾ ਮਹਾਰਾਜ ਆਪਣੇ ਤਿੰਨਾਂ ਪੁੱਤਰਾਂ ਵਿੱਚੋਂ ਕਿਸੇ ਇੱਕ ਪੁੱਤਰ ਨੂੰ ਗੁਰਗੱਦੀ ਬਖਸ਼ ਦੇਣਾ ਕਰਨ। ਅਤੇ ਦੂਜੀ ਗੱਲ ਇਹ ਹੈ ਵੀ ਮੇਰਾ ਛੋਟਾ ਭਰਾ ਜਿਹੜਾ ਸ੍ਰੀ ਹਰਿ ਰਾਏ ਹੈ, ਉਹਦੇ ਉੱਪਰ ਵੀ ਸਤਿਗੁਰੂ ਬੜੇ ਖੁਸ਼ ਨੇ। ਹੋ ਸਕਦਾ ਮੇਰੇ ਛੋਟੇ ਭਰਾ ਨੂੰ ਮਹਾਰਾਜ ਕਿਤੇ ਵੱਡੀ ਪਦਵੀ ਗੁਰਗੱਦੀ ਦੀ ਨਾ ਦੇ ਦੇਣਾ। ਮੈਂ ਆਪਣੀ ਮਾਤਾ ਦੇ ਕਹਿਣ 'ਤੇ ਚੱਲ ਕੇ ਅਤੇ ਆ ਗਿਆ ਇੱਥੇ ਵੀ ਚਲੋ ਮਾਤਾ ਜੇ ਤੂੰ ਕਹਿੰਦੀ ਹੈ ਤਾਂ ਮੈਂ ਚਲੇ ਜਾਂਦਾ, ਮੈਂ ਤਾਂ ਆਪਣੀ ਮਾਂ ਦੇ ਕਹਿਣ ਕਰਕੇ ਇੱਥੇ ਆਇਆ ਹਾਂ। ਪਰ ਮੇਰਾ ਇੱਥੇ ਸਤਿਕਾਰ ਨਹੀਂ ਹੋਇਆ, ਮੇਰੀ ਤਾਂ ਇੱਥੇ ਜੈ ਜੈਕਾਰ ਹੋਣੀ ਚਾਹੀਦੀ, ਮੈਂ ਮਹਾਰਾਜ ਦਾ ਵੱਡਾ ਪੋਤਰਾ। ਜਿੰਨੀ ਜੈ ਜੈਕਾਰ ਮੇਰੀ ਹੋਣੀ ਚਾਹੀਦੀ ਸੀ ਓਨੀ ਹੋਈ ਨਹੀਂ ਹੈ, ਇਸ ਕਰਕੇ ਮੇਰਾ ਤਾਂ ਹੋ ਗਿਆ ਨਿਰਾਦਰ। ਮੈਨੂੰ ਤਾਂ ਇੱਥੇ ਆਉਣਾ ਨਹੀਂ ਸੀ ਚਾਹੀਦਾ, ਮੈਂ ਤਾਂ ਗਲਤੀ ਕਰ ਲਈ ਜੋ ਆਪਣੀ ਮਾਤਾ ਦੇ ਆਖੇ ਲੱਗ ਕੇ ਇੱਥੇ ਆ ਗਿਆ, ਇਹਨਾਂ ਨੇ ਮੇਰਾ ਸਤਿਕਾਰ ਨਹੀਂ ਕੀਤਾ ਹੈ, ਮੇਰੀ ਥੋੜ੍ਹੀ ਪੂਜਾ ਹੋਈ ਹੈ। ਜਿੰਨੀ ਹੋਣੀ ਚਾਹੀਦੀ ਸੀ ਨਾ ਮੇਰੀ ਜੈ ਜੈਕਾਰ, ਮੇਰੀ ਪੂਜਾ, ਜਿਹੜੀਆਂ ਭੇਟਾਵਾਂ ਮਾਇਆ ਮੈਨੂੰ ਚੜ੍ਹਨੀ ਚਾਹੀਦੀ ਸੀ ਓਨੀ ਨਹੀਂ ਚੜ੍ਹੀ ਹੈ, ਥੋੜ੍ਹੀ ਚੜ੍ਹੀ ਹੈ, ਇਸ ਕਰਕੇ ਮੇਰਾ ਸਤਿਕਾਰ ਨਹੀਂ ਹੋਇਆ ਹੈ। ਜਦੋਂ ਇਸ ਤਰ੍ਹਾਂ ਦੀ ਰੀਤ ਮੈਂ ਵੇਖ ਲਈ ਹੈ, ਜੇ ਹੁਣ ਮਹਾਰਾਜ ਮੈਨੂੰ ਗੁਰਗੱਦੀ ਦੇ ਦੇਣ, ਫਿਰ ਤਾਂ ਮੈਂ ਸਾਰੀਆਂ ਪਿਛਲੀਆਂ ਗੱਲਾਂ ਭੁੱਲ ਜਾਵਾਂਗਾ ਵੀ ਕੋਈ ਗੱਲ ਨਹੀਂ, ਥੋੜ੍ਹੀ ਪੂਜਾ ਹੋਈ ਤਾਂ ਕੀ ਹੋਇਆ, ਥੋੜ੍ਹੀ ਮਾਇਆ ਮਿਲੀ ਤਾਂ ਕੀ ਹੋਇਆ। ਜੇ ਤਾਂ ਮੈਨੂੰ ਗੁਰਗੱਦੀ ਦੇ ਦਿੱਤੀ, ਫਿਰ ਤਾਂ ਮੈਂ ਸਾਰੀਆਂ ਗੱਲਾਂ ਪਿਛਲੀਆਂ, ਅਨਾਦਰ ਹੋਇਆ ਭਾਵੇਂ ਨਹੀਂ ਹੋਇਆ, ਇਹ ਮੈਂ ਭੁੱਲ ਜਾਵਾਂਗਾ, ਕਿਉਂਕਿ ਮੈਨੂੰ ਗੁਰਗੱਦੀ ਦੇਣੀ ਬਣਦੀ ਹੈ। ਦਾਅਵਾ ਰੱਖਦਾ ਨਾ ਧੀਰਮਲ ਵੀ ਇਹ ਗੁਰਗੱਦੀ ਦੇ ਉੱਪਰ ਦਾਅਵਾ ਮੇਰਾ ਹੈ, ਮੈਂ ਹਾਂ ਗੁਰਗੱਦੀ ਦਾ ਹੱਕਦਾਰ, ਇਹ ਮੈਨੂੰ ਮਿਲਣੀ ਚਾਹੀਦੀ ਹੈ। ਕਿਉਂ ਦਾਅਵਾ ਕਿਸ ਗੱਲ ਦਾ? ਧੀਰਮਲ ਦਾ ਦਾਅਵਾ ਇਹ ਹੈ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਵੱਡੇ ਪੁੱਤਰ ਨੇ ਬਾਬਾ ਗੁਰਦਿੱਤਾ ਜੀ, ਅਤੇ ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਹਾਂ ਮੈਂ, ਇਸ ਕਰਕੇ ਇਹ ਮੇਰਾ ਦਾਅਵਾ ਬਣਦਾ। ਜੇ ਮੇਰੇ ਅੱਜ ਪਿਤਾ ਜੀ ਜਿਉਂਦੇ ਹੁੰਦੇ ਤਾਂ ਉਹਨਾਂ ਨੇ ਗੁਰਗੱਦੀ 'ਤੇ ਬੈਠਣਾ ਸੀ, ਅਤੇ ਜੇ ਉਹ ਬੈਠਦੇ ਤਾਂ ਫਿਰ ਉਹਨਾਂ ਤੋਂ ਮਗਰੋਂ ਮੈਂ ਬੈਠਣਾ ਸੀ ਗੁਰਗੱਦੀ 'ਤੇ, ਤਾਂ ਵੀ ਮੈਨੂੰ ਮਿਲਣੀ ਸੀ। ਪਰ ਹੁਣ ਮੇਰੇ ਦਾਦਾ, ਮੇਰੇ ਪਿਤਾ ਬਾਬਾ ਗੁਰਦਿੱਤਾ ਜੀ ਚੜ੍ਹਾਈ ਕਰ ਗਏ,
ਅਤੇ ਇਹ ਜਿਹੜੀ ਗੁਰਗੱਦੀ ਹੈ ਇਹ ਮੇਰਾ ਦਾਅਵਾ ਹੈ, ਮੈਂ ਵੱਡੇ ਪੁੱਤਰ ਦਾ ਵੱਡਾ ਪੁੱਤਰ ਹਾਂ, ਇਸ ਕਰਕੇ ਵੱਡਾ ਪੋਤਰਾ ਗੁਰੂ ਹਰਗੋਬਿੰਦ ਪਾਤਸ਼ਾਹ ਜੀਆਂ ਦਾ ਇਹ ਮੈਨੂੰ ਮਿਲਣੀ ਚਾਹੀਦੀ ਹੈ। ਅਤੇ ਇਹ ਗੱਲ ਸਾਰੀ ਦੁਨੀਆ ਜਾਣਦੀ ਹੈ, ਕਿਹਨੂੰ ਨਹੀਂ ਪਤਾ ਵੀ ਗੁਰਗੱਦੀ 'ਤੇ ਹੱਕ ਵੱਡੇ ਦਾ, ਰਾਜਗੱਦੀ ਦੇ ਉੱਪਰ ਬਾਦਸ਼ਾਹਾਂ ਦੇ ਵੱਡੇ ਪੁੱਤਰ ਬੈਠਦੇ ਨੇ, ਮੈਂ ਵੀ ਵੱਡਾ ਪੋਤਰਾ, ਅਤੇ ਇਹ ਮੈਨੂੰ ਮਿਲਣੀ ਚਾਹੀਦੀ ਹੈ। ਤਾਂ ਵੀ ਜੇ ਮੈਨੂੰ ਹੋ ਸਕਦਾ ਮਿਲੇ ਕਿ ਨਾ ਮਿਲੇ, ਇਹ ਤਾਂ ਚਾਂਸ ਬਰਾਬਰ ਬਰਾਬਰ ਦੇ ਨੇ ਨਾ, ਇਹ ਤਾਂ ਹੈ ਨਹੀਂ ਵੀ ਪੱਕਾ, ਤਾਂ ਹੈ ਨਹੀਂ ਵੀ ਮੈਨੂੰ ਮਿਲੇਗੀ। ਧੀਰਮਾਲ ਦੇ ਮਨ ਵਿੱਚ ਇਹ ਗੱਲ ਹੈ ਵੀ ਮੈਨੂੰ ਗੁਰਗੱਦੀ ਮਿਲਣ ਦੇ ਜਿਹੜੇ ਵਿਚਾਰ ਨੇ ਬਰਾਬਰ ਦੇ ਨੇ, ਕੁਝ ਕੁ ਵਿਚਾਰ ਹੈ ਵੀ ਨੇ ਵੀ ਮੈਨੂੰ ਮਿਲਣੀ ਚਾਹੀਦੀ ਹੈ ਕਿਉਂਕਿ ਮੈਂ ਵੱਡਾ ਪੋਤਰਾ ਹਾਂ, ਇਸ ਕਰਕੇ ਮਿਲਣੀ ਚਾਹੀਦੀ ਹੈ। ਦੂਜੀ ਗੱਲ ਇਹ ਹੈ ਵੀ ਮਹਾਰਾਜ ਮੇਰੇ 'ਤੇ ਖੁਸ਼ ਨਹੀਂ, ਹੋ ਸਕਦਾ ਮੈਨੂੰ ਨਾ ਵੀ ਮਿਲੇ, ਇਸ ਕਰਕੇ ਇਹ ਪੱਕਾ ਨਹੀਂ ਕਿਹਾ ਜਾ ਸਕਦਾ ਵੀ ਮੈਨੂੰ ਮਿਲੇਗੀ ਕਿ ਨਹੀਂ ਮਿਲੇਗੀ। ਤਾਂ ਵੀ ਮੈਨੂੰ ਚਤਰਾਈ ਕਰਨੀ ਚਾਹੀਦੀ ਹੈ, ਮੈਨੂੰ ਚਲਾਕੀ ਨਾਲ ਹੁਣ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਜੇ ਮੈਂ ਹੁਣ ਕੁਝ ਨਾ ਕਰ ਸਕਿਆ ਫਿਰ ਮੈਂ ਕੁਝ ਵੀ ਨਹੀਂ ਕਰ ਸਕਾਂਗਾ, ਇਸ ਕਰਕੇ ਮੈਨੂੰ ਹੁਣ ਚਤਰਾਈ ਦੇ ਨਾਲ, ਚਲਾਕੀ ਦੇ ਨਾਲ ਇਹ ਮੌਕੇ ਦਾ ਲਾਭ ਲੈਣਾ ਚਾਹੀਦਾ ਹੈ, ਜਿਸ ਕਰਕੇ ਸੰਗਤ ਮੇਰੀ ਵਡਿਆਈ ਜਾਣੇ। ਹੁਣ ਇਹ ਆਪਣੀ ਚਤਰਾਈ ਦੇ ਨਾਲ, ਚਲਾਕੀ ਦੇ ਨਾਲ, ਜਾਂ ਕਹੀਏ ਸਿਆਣਪ ਦੇ ਨਾਲ ਸੰਗਤ ਵਿੱਚ ਆਪਣੀ ਵਡਿਆਈ ਬਣਾਉਣੀ ਚਾਹੁੰਦਾ ਵੀ ਸੰਗਤ ਮੇਰੀ ਵਡਿਆਈ ਜਾਣ ਲਵੇ, ਅਤੇ ਜਦੋਂ ਸੰਗਤ ਵਡਿਆਈ ਜਾਣੇਗੀ ਫਿਰ ਸੰਗਤ ਸਿਫਾਰਸ਼ ਕਰੇਗੀ ਮਹਾਰਾਜ ਦੇ ਕੋਲ ਵੀ ਮਹਾਰਾਜ ਤੁਹਾਡਾ ਪੋਤਰਾ ਤਾਂ ਬੜਾ ਯੋਗ ਹੈ, ਤੁਸੀਂ ਇਹਨੂੰ ਕਿਉਂ ਨਹੀਂ ਦਿੰਦੇ ਗੁਰਗੱਦੀ, ਇਹ ਆਪਣੀ ਵਡਿਆਈ ਕਰਾਉਣ ਵਾਸਤੇ। ਕਹਿਣ ਲੱਗੇ ਫਿਰ ਕਹਿਣ ਲੱਗਾ ਵੀ ਸਾਰਿਆਂ ਤੋਂ ਪਹਿਲਾਂ ਮੈਂ ਆਪਣੇ ਦਾਦੇ ਸ੍ਰੀ ਹਰਗੋਬਿੰਦ ਪਾਤਸ਼ਾਹ ਜੀ ਦੇ ਕੋਲੋਂ ਆਪਣੇ ਆਪ ਦੀ ਪਹਿਲਾਂ ਜਿਹੜੀ ਹੈ ਨਾ ਪੂਜਾ ਕਰਾਵਾਂ। ਹੁਣ ਸੰਗਤ ਮੈਨੂੰ ਕਿਵੇਂ ਮੰਨੇਗੀ? ਸੰਗਤ ਮੈਨੂੰ ਤਾਂ ਮੰਨੇਗੀ ਕਿਉਂਕਿ ਸੰਗਤ ਮੰਨਦੀ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ। ਜੇ ਗੁਰੂ ਹਰਗੋਬਿੰਦ ਪਾਤਸ਼ਾਹ ਮੇਰੀ ਪੂਜਾ ਕਰਨ ਤਾਂ ਫਿਰ ਸੰਗਤ ਨੇ ਆਪਣੇ ਆਪ ਹੀ ਕਰਨ ਲੱਗ ਪੈਣਾ ਵੀ ਗੁਰੂ ਜੀ ਦੀ ਪੂਜਾ ਕਰਦਾ ਅਸੀਂ ਕਿਉਂ ਨਾ ਕਰੀਏ। ਇਸ ਕਰਕੇ ਸਾਰਿਆਂ ਤੋਂ ਪਹਿਲਾਂ ਮੇਰੇ ਦਾਦੇ ਨੂੰ ਚਾਹੀਦਾ ਵੀ ਮੇਰੀ ਪੂਜਾ ਕਰਨ, ਤਾਂ ਮੇਰਾ ਇਹ ਸਤਿਕਾਰ ਅਤੇ ਮਾਣ ਬਣ ਸਕਦਾ ਹੈ। ਅਤੇ ਦੂਜੀ ਗੱਲ ਇਹ ਹੈ ਜਦੋਂ ਮੇਰੇ ਦਾਦੇ ਨੇ ਮੇਰੀ ਕੀਤੀ ਪੂਜਾ ਅਤੇ ਫਿਰ ਮੈਂ ਮੰਜੀ 'ਤੇ ਬੈਠਾਂਗਾ, ਮੰਜੀ 'ਤੇ ਬੈਠ ਕੇ ਦੁਨੀਆ ਨੂੰ ਦਿਖਾਵਾਂਗਾ ਵੀ ਮੈਂ ਕਿੱਡਾ ਵੱਡਾ ਕਿੱਡਾ ਮਹਾਨ ਹਾਂ। ਸੋ ਇਸ ਕਰਕੇ ਜੇ ਸਤਿਗੁਰੂ ਪਾਤਸ਼ਾਹ ਜੀ ਗੁਰ ਅਛਤ ਜੇ ਲਿਓ ਅਕੋਰ, ਇਹ ਜਿਹੜੀਆਂ ਭੇਟਾਵਾਂ ਜਿਹੜੀਆਂ ਸੰਗਤ ਵੱਲੋਂ ਗੁਰੂ ਨੂੰ ਆ ਰਹੀਆਂ ਹਨ, ਅਤੇ ਉਹ ਜਦੋਂ ਭੇਟਾਵਾਂ ਮੇਰੇ ਅੱਗੇ ਆ ਗਈਆਂ ਅਤੇ ਸਿੱਖਾਂ ਨੇ ਆਪਣੇ ਆਪ ਮੱਥਾ ਟੇਕਣ ਲੱਗ ਪੈਣਾ ਵੀ ਧੀਰ ਮਾਲੀ ਸਾਰਿਆਂ ਤੋਂ ਵੱਡਾ ਮਹਾਨ ਹੈ, ਇਸ ਕਰਕੇ ਇਹ ਕਾਰਜ ਮੈਨੂੰ ਕਰਨੇ ਚਾਹੀਦੇ ਹਨ। ਇਸ ਤਰ੍ਹਾਂ ਫਿਰ ਇਹ ਸਾਰੇ ਮੇਰੇ ਅਨੁਸਾਰੀ ਰਹਿਣਗੇ, ਮੇਰੇ ਹੁਕਮ ਦੇ ਵਿੱਚ ਰਹਿਣਗੇ, ਸਾਰੇ ਮੇਰਾ ਕਹਿਆ ਮੰਨਿਆ ਕਰਨਗੇ, ਇਸ ਤਰ੍ਹਾਂ ਇਹ ਸਾਰੀਆਂ ਗੱਲਾਂ ਹੋ ਸਕਦੀਆਂ ਹਨ। ਅਤੇ ਇਹ ਸਾਰੇ ਲੋਕ, ਸਾਰੀਆਂ ਸੰਗਤਾਂ ਫਿਰ ਮੇਰੀ ਪੂਜਾ ਕਰਿਆ ਕਰਨਗੀਆਂ। ਅਤੇ ਗੱਲ ਇਹ ਹੈ ਵੀ ਗੁਰੂ ਨੂੰ ਹਾਲੇ ਬਾਹਰ ਨਿਕਲ ਲੱਗਿਆ ਟਾਈਮ ਲੱਗਣਾ, ਸਤਿਗੁਰੂ ਕਹਿ ਗਏ ਸਨ ਨਾ ਬਚਨ ਵੀ ਭਾਈ ਅਸੀਂ ਪੂਰਨਮਾਸ਼ੀ ਵਾਲੇ ਬਾਹਰ ਦਿਨ ਬਾਹਰ ਨਿਕਲਾਂਗੇ। ਹੁਣ ਧੀਰਮਲ ਸੋਚਦਾ ਪਿਆ ਵੀ ਸਤਿਗੁਰਾਂ ਨੇ ਤਾਂ ਹਾਲੇ ਦੋ ਦਿਨ ਅੰਦਰ ਰਹਿਣਾ, ਜਿੰਨੇ ਚਿਰ ਮਹਾਰਾਜ ਅੰਦਰ ਨੇ ਉਹਨਾਂ ਚਿਰ ਬਾਹਰ ਮੈਂ ਆਪਣੀ ਮਸ਼ਹੂਰੀ ਕਰ ਲਵਾਂ ਜਿੰਨੀ ਮੇਰੇ ਕੋਲ ਹੁੰਦੀ ਹੈ। ਜਦੋਂ ਮੇਰਾ ਦਾਦਾ ਬਾਹਰ ਨਿਕਲੇਗਾ ਦੋ ਦਿਨਾਂ ਬਾਅਦ ਮੇਰੀ ਮਸ਼ਹੂਰੀ ਵੇਖ ਕੇ ਉਹਨਾਂ ਨੇ ਆਪੇ ਹੀ ਮੈਨੂੰ ਇਹ ਵਡਿਆਈ ਦੇਣੀ ਹੈ, ਹੁਣ ਮੈਨੂੰ ਇਹ ਦੋ ਦਿਨ ਦਾ ਮੌਕਾ ਗੁਆਉਣਾ ਨਹੀਂ ਚਾਹੀਦਾ, ਇਹ ਲਾਭ ਲੈ ਹੀ ਲੈਣਾ ਚਾਹੀਦਾ ਇਹ ਦੋ ਦਿਨ ਮੈਨੂੰ ਮਸ਼ਹੂਰੀ ਕਰਕੇ, ਅਤੇ ਮੈਂ ਕੱਲ੍ਹ ਨੂੰ ਕੀ ਕਰਾਂਗਾ, ਅੱਜ ਤਾਂ ਰਾਤ ਪੈ ਗਈ ਹੈ ਮੈਂ ਸੌਣ ਲੱਗਾ,
ਹੁਣ ਮੇਰੇ ਦਾਦੇ ਨੇ ਦੋ ਦਿਨ ਤਾਂ ਬਾਹਰ ਨਿਕਲਣਾ ਨਹੀਂ ਅਤੇ ਗੁਰਗੱਦੀ ਪਈ ਹੈ ਖਾਲੀ, ਮੈਂ ਸਵੇਰੇ ਨਹਾ ਧੋ ਕੇ ਚੰਗੀ ਤਰ੍ਹਾਂ ਸੋਹਣੇ ਕੱਪੜੇ ਪਾ ਕੇ ਅਤੇ ਕੱਲ੍ਹ ਨੂੰ ਦੀਵਾਨ ਦੇ ਵਿੱਚ ਗੁਰਗੱਦੀ 'ਤੇ ਜਾ ਕੇ ਮੈਂ ਆਪੇ ਹੀ ਬੈਠ ਜਾਣਾ ਹੈ। ਜਦੋਂ ਮੈਂ ਬੈਠਾਂਗਾ ਲੋਕ ਮੈਨੂੰ ਮੱਥਾ ਟੇਕਣਗੇ, ਮੱਥਾ ਟੇਕਣਗੇ ਅਤੇ ਮੇਰੀ ਪੂਜਾ ਕਰਨਗੇ, ਅਤੇ ਦੋ ਦਿਨਾਂ ਵਿੱਚ ਸੰਗਤਾਂ ਨੂੰ ਪਤਾ ਲੱਗ ਜਾਣਾ ਵੀ ਇਹ ਹੈ ਗੁਰਗੱਦੀ ਦਾ ਅਗਲਾ ਵਾਰਸ, ਸੰਗਤਾਂ ਮੇਰੇ ਨਾਲ ਜੁੜ ਗਈਆਂ, ਅਤੇ ਫਿਰ ਦਾਦੇ ਨੂੰ ਵੀ ਤਾਂ ਗੱਲ ਮੰਨਣੀ ਪਵੇਗੀ। ਹੁਣ ਦਾਦਾ ਸਤਿਗੁਰੂ ਦੋ ਦਿਨ ਅੰਦਰ ਰਹਿਣਗੇ, ਮੈਂ ਦੋ ਦਿਨ ਬਾਅਦ ਆਪਣੇ ਆਪ ਨੂੰ ਗੁਰੂ ਬਣ ਕੇ ਅਤੇ ਪੂਜਾ ਕਰਵਾਉਣੀ ਹੈ ਅਤੇ ਸੰਗਤਾਂ ਲਿਆਂਦੀਆਂ ਭੇਟਾ, ਜਿਹੜੀਆਂ ਭੇਟਾਵਾਂ ਸੰਗਤਾਂ ਲੈ ਕੇ ਆਈਆਂ ਉਹ ਹਾਲੇ ਮਹਾਰਾਜ ਤੱਕ ਪਹੁੰਚੀਆਂ ਨਹੀਂ ਜਾਂ ਪਹੁੰਚਾਈਆਂ ਨਹੀਂ, ਅਤੇ ਮੈਨੂੰ ਇਸ ਗੱਲ ਦਾ ਮੌਕਾ ਲੈਣਾ ਚਾਹੀਦਾ ਹੈ। ਅਤੇ ਜਦੋਂ ਮੈਂ ਗੁਰਗੱਦੀ 'ਤੇ ਬੈਠਾਂਗਾ ਉਸ ਵੇਲੇ ਸੰਗਤਾਂ ਆਉਣਗੀਆਂ ਨਾ ਮੱਥਾ ਟੇਕਣ, ਵੀ ਚਲੋ ਨਵੇਂ ਗੁਰੂ ਨੂੰ ਮੱਥਾ ਟੇਕੀਏ, ਅਤੇ ਜਿਹੜਾ ਮੈਨੂੰ ਮੱਥਾ ਟੇਕੇਗਾ ਉਹ ਮੇਰੇ ਅੱਗੇ ਫਿਰ ਭੇਟਾ ਵੀ ਤਾਂ ਲਿਆ ਕੇ ਰੱਖੇਗਾ ਨਾ, ਅਤੇ ਜਿਹੜੀ ਭੇਟਾ ਆ ਗਈ ਮੇਰੇ ਅੱਗੇ ਮੈਂ ਉਹਦਾ ਬਣ ਜਾਣਾ ਮਾਲਕ। ਇਸ ਤਰ੍ਹਾਂ ਸੰਗਤਾਂ ਮੈਨੂੰ ਲਿਆ ਕੇ ਇਹ ਵਸਤੂਆਂ ਦਿੰਦੀਆਂ ਹਨ ਅਤੇ ਮੈਂ ਕੱਲ੍ਹ ਨੂੰ ਗੁਰੂ ਬਣ ਕੇ ਸੰਗਤਾਂ ਨੂੰ ਦਿਖਾਈ ਦੇਣਾ। ਅੱਜ ਤਾਂ ਮੈਂ ਇਕੱਲਾ ਪੋਤਰਾ ਹੀ ਬਣਿਆ ਹੋਇਆ, ਕੱਲ੍ਹ ਨੂੰ ਮੈਂ ਗੁਰੂ ਬਣ ਕੇ, ਭਾਈ ਬੇਨਤੀ ਹੈ ਬੱਚਾ ਬੜੇ ਸਮੇਂ ਦਾ ਵਿੱਚ ਭੱਜਾ ਫਿਰਦਾ ਸੰਗਤ ਦੇ, ਇਹਨੂੰ ਫੜ ਕੇ ਬਿਠਾਈਏ, ਸੰਗਤ ਦਾ ਧਿਆਨ ਜਿਹੜਾ ਟੁੱਟਦਾ ਹੈ। ਸੋ ਬੇਨਤੀ ਹੈ ਪਰਿਵਾਰ ਨੂੰ, ਬੱਚਿਆਂ ਨੂੰ ਆਪਣੇ ਕੋਲ ਬਿਠਾਓ, ਭਾਈ ਸੰਗਤ ਵਿੱਚ ਅਸੀਂ ਕਥਾ ਸਰਵਣ ਕਰਨ ਵਾਸਤੇ ਆਏ ਹਾਂ, ਸੋ ਸੰਗਤ ਦਾ ਧਿਆਨ ਟਿਕਣਾ ਜ਼ਰੂਰੀ ਹੈ। ਸੋ ਇਹ ਬੇਨਤੀ ਅੱਗੇ ਵਾਸਤੇ ਵੀ ਆਪ ਸੰਗਤਾਂ ਨੇ ਧਿਆਨ ਰੱਖਣੀ ਹੈ। ਫਿਰ ਪੜ੍ਹੋ, ਸੋ ਗੁਰਸਮ ਬਣ ਕੇ ਦਿਓ ਦਿਖਾਈ, ਮੈਂ ਕੱਲ੍ਹ ਨੂੰ ਗੁਰੂ ਬਣ ਕੇ, ਗੁਰੂ ਵਰਗਾ ਬਣ ਕੇ, ਗੁਰੂ ਵਰਗੇ ਕੱਪੜੇ ਪਾ ਕੇ, ਗੁਰੂ ਵਰਗਾ ਤਿਆਰ ਹੋ ਕੇ ਅਤੇ ਮੈਂ ਸੰਗਤ ਵਿੱਚ ਕੱਲ੍ਹ ਨੂੰ ਜਾਣਾ ਹੈ, ਆਪਣੇ ਆਪ ਨੂੰ ਵਿਖਾਉਣਾ ਹੈ, ਅਤੇ ਫਿਰ ਮੇਰੀ ਜਿਹੜੀ ਪੂਜਾ ਹੈ ਅਤੇ ਸੰਗਤਾਂ ਫਿਰ ਮੈਨੂੰ ਮੰਨਣਗੀਆਂ, ਸੰਗਤਾਂ ਨੂੰ ਪਤਾ ਲੱਗ ਜਾਣਾ ਵੀ ਇਹ ਗੁਰੂ ਹੈ। ਇਸ ਤਰ੍ਹਾਂ ਧੀਰਮੱਲ ਨੇ ਇੱਕ ਤਾਂ ਸਲਾਹ ਇਹ ਕੀਤੀ ਵੀ ਕੱਲ੍ਹ ਨੂੰ ਮੈਂ ਜਾ ਕੇ ਗੁਰਗੱਦੀ 'ਤੇ ਬੈਠ ਕੇ ਸੰਗਤ ਨੂੰ ਵਿਖਾ ਦੇਣਾ ਵੀ ਮੈਂ ਗੁਰੂ ਹਾਂ। ਹੁਣ ਦੂਜੀ ਗੱਲ ਇਹ ਹੈ, ਗੁਰੂ ਘਰ ਦੀ ਜਿੰਨੀ ਤਾਕਤ ਹੈ ਉਹ ਮਸੰਦਾਂ ਦੇ ਹੱਥ ਵਿੱਚ ਹੈ, ਕਿਉਂਕਿ ਮਸੰਦਾਂ ਨਾਲ ਸੰਗਤਾਂ ਜੁੜੀਆਂ ਨੇ, ਸੰਗਤਾਂ ਜਿਹੜੀਆਂ ਨੇ ਉਹ ਮਾਇਆ ਮਸੰਦਾਂ ਨੂੰ ਦਿੰਦੀਆਂ ਨੇ ਅਤੇ ਮਸੰਦ ਲਿਆ ਕੇ ਗੁਰੂ ਨੂੰ ਦਿੰਦੇ ਨੇ। ਹੁਣ ਮੈਨੂੰ ਮਸੰਦ ਜਿਹੜੇ ਨੇ ਸਾਰੇ ਵੱਸ ਕਰਨੇ ਚਾਹੀਦੇ ਆਪਣੇ ਨਾਲ, ਜਿਹੜੇ ਜਥੇਦਾਰ ਨੇ ਮੋਢੀ ਮੋਢੀ ਗੁਰੂ ਘਰ ਦੇ ਮੁੱਖ ਜਥੇਦਾਰ ਜਿਹੜੇ ਨੇ ਉਹ ਸਾਰੇ ਮੈਂ ਆਪਣੇ ਨਾਲ ਪਹਿਲਾਂ ਜੋੜਾਂ, ਕਿਉਂਕਿ ਕੱਲ੍ਹ ਨੂੰ ਜੇ ਰੌਲਾ ਰੱਪਾ ਪਵੇਗਾ ਕੋਈ ਥੋੜ੍ਹੇ ਬਹੁਤੇ ਲੋਕ ਬੋਲਣਗੇ ਅਤੇ ਮੇਰੇ ਮਗਰ ਵੀ ਤਾਂ ਚਾਰ ਬੰਦੇ ਹੋਣੇ ਚਾਹੀਦੇ ਨੇ ਨਾ, ਮੇਰਾ ਜਿਹੜਾ ਹੈ ਉਹ ਪੱਖ ਰੱਖਣ ਵਾਸਤੇ। ਇਸ ਕਰਕੇ ਜਿਹੜੇ ਮਸੰਦ ਨੇ ਗੁਰੂ ਘਰ ਦੇ ਜਥੇਦਾਰ, ਮਾਇਆ ਇਕੱਠੀ ਕਰਨ ਵਾਲੇ, ਗ੍ਰਾਹੀ ਕਰਨ ਵਾਲੇ, ਪ੍ਰਚਾਰ ਕਰਨ ਵਾਲੇ, ਮੈਨੂੰ ਉਹਨਾਂ ਨਾਲ ਹੁਣ ਸਲਾਹ ਕਰਕੇ ਅਤੇ ਉਹ ਵੀ ਆਪਣੇ ਨਾਲ ਜੋੜਨੇ ਚਾਹੀਦੇ। ਕਿਸੇ ਨੂੰ ਲਾਲਚ ਦੇਵਾਂਗਾ, ਕਿਸੇ ਦੀ ਪਦਵੀ ਵੱਡੀ ਦਾ ਹੁਕਮ ਕਰਾਂਗਾ, ਕਿਸੇ ਨੂੰ ਕੋਈ ਮਸੰਦਾਂ ਨੂੰ ਲਾਲਚ ਦੇ ਕੇ ਆਪਣੇ ਨਾਲ ਜੋੜਾਂ, ਇਹ ਮਨ ਵਿੱਚ ਸੋਚਦਾ ਹੈ। ਅਤੇ ਉਹ ਜਿਹੜੇ ਮਸੰਦ ਖੋਟੀ ਮੱਤ ਵਾਲੇ ਜਿਹੜੇ ਇਹਦੇ ਕੋਲੋਂ ਕੁਝ ਲੈਣ ਦੀ ਇੱਛਾ ਰੱਖਦੇ ਸਨ, ਜਦੋਂ ਧੀਰਮੱਲ ਨੇ ਉਹਨਾਂ ਨੂੰ ਬੁਲਾਇਆ ਉਹ ਕਹਿੰਦੇ ਬੱਲੇ ਬੱਲੇ ਧੀਰਮੱਲ, ਤੇਰੇ ਵਰਗਾ ਤਾਂ ਹੈ ਹੀ ਕੋਈ ਨਹੀਂ, ਤੂੰ ਤਾਂ ਬਹੁਤ ਜ਼ਿਆਦਾ ਸਿਆਣਾ, ਤੂੰ ਤਾਂ ਗੁਰੂ ਦਾ ਵੱਡਾ ਪੋਤਰਾ, ਗੁਰਗੱਦੀ 'ਤੇ ਹੱਕ ਵੀ ਤੇਰਾ ਹੀ ਬਣਦਾ, ਅਸੀਂ ਤੇਰੇ ਨਾਲ ਖੜ੍ਹੇ ਹਾਂ, ਬਸ ਤੇਰੀ ਅਸੀਂ ਮਦਦ ਕਰਾਂਗੇ, ਕਿਉਂਕਿ ਤੂੰ ਬੜਾ ਲਾਇਕ ਹੈ, ਤੂੰ ਯੋਗ ਹੈ ਗੁਰਗੱਦੀ 'ਤੇ। ਉਹਨਾਂ ਮਸੰਦਾਂ ਨੇ ਵੀ ਇਹਦੀ ਸਿਫਤ ਕਰ ਦਿੱਤੀ, ਇਹਦੀ ਵਡਿਆਈ ਕੀਤੀ ਹੈ। ਸੋ ਅਸੀਂ ਤੇਰੇ ਨਾਲ ਹੀ ਰਵਾਂਗੇ, ਅਸੀਂ ਵੀ ਚਾਹੁੰਦੇ ਵੀ ਤੂੰ ਹੀ ਗੁਰੂ ਬਣੇ, ਜਦੋਂ ਤੂੰ ਗੁਰੂ ਬਣੇਗਾ ਤਾਂ ਅਸੀਂ ਫਿਰ ਤੇਰੇ ਨਾਲ, ਸਾਡੀਆਂ ਵੀ ਮੌਜਾਂ ਲੱਗ ਜਾਣੀਆਂ ਹਨ। ਅਤੇ ਜੇ ਮੰਨ ਲਓ ਗੁਰੂ ਵਿਗੜ ਵੀ ਜਾਵੇ, ਹੁਣ ਮਸੰਦਾਂ ਨੇ ਵੀ ਇਹਨੂੰ
ਪੂਰੀ ਤਰ੍ਹਾਂ ਚੁੱਕਣਾ ਦਿੱਤੀ ਹੈ। ਕਹਿਣ ਲੱਗੇ ਧੀਰ ਮਲ ਡਰ ਕੋਈ ਨਾ, ਜੇ ਗੁਰੂ ਤੇਰੇ ਨਾਲ ਵਿਗੜ ਵੀ ਗਿਆ ਨਾ, ਅਸੀਂ ਤੇਰਾ ਪੱਖ ਨਹੀਂ ਛੱਡਾਂਗੇ। ਇਹ ਨਾ ਹੋਵੇਗਾ ਵੀ ਗੁਰੂ ਤੇਰੇ ਨਾਲ ਵਿਗੜੇ ਅਤੇ ਤੈਨੂੰ ਛੱਡ ਕੇ ਭੱਜ ਜਾਈਏ, ਨਹੀਂ ਭੱਜਾਂਗੇ ਨਹੀਂ। ਗੁਰੂ ਭਾਵੇਂ ਤੈਨੂੰ ਮਨਾਵੇ ਮੰਨੇ ਅਤੇ ਭਾਵੇਂ ਨਾ, ਪਰ ਅਸੀਂ ਤੇਰੇ ਮਗਰ ਖਲੋਤੇ ਹੀ ਹੋਏ ਹਾਂ, ਅਸੀਂ ਤੈਨੂੰ ਛੱਡਾਂਗੇ ਨਹੀਂ, ਅਸੀਂ ਤੇਰੀ ਜ਼ਰੂਰ ਮਦਦ ਕਰਾਂਗੇ। ਅਤੇ ਦੂਜੀ ਗੱਲ ਇਹ ਹੈ ਵੀ ਲੱਖਾਂ ਸੰਗਤਾਂ ਇਸ ਵੇਲੇ ਚੱਲ ਕੇ ਆਈਆਂ ਹਨ, ਅਤੇ ਫਿਰ ਦੇਸਾਂ ਵਿਦੇਸਾਂ ਦੇ ਮਸੰਦ ਜਿਹੜੇ ਗੁਰੂ ਘਰ ਦੀ ਗਰਾਹੀ ਇਕੱਠੀ ਕਰਨ ਵਾਲੇ ਜਥੇਦਾਰ ਆਪਾਂ ਕਹਿ ਸਕਦੇ, ਮੋਢੀ ਕਹਿ ਸਕਦੇ, ਜਾਂ ਸੰਗਤਾਂ ਦੇ ਪ੍ਰਧਾਨ ਕਹਿ ਸਕਦੇ ਵੀ ਜਿਹੜੇ ਸੰਗਤ ਨੂੰ ਨਾਲ ਲੈ ਕੇ ਆਏ ਨੇ, ਜਿਹੜੇ ਵੱਖੋ ਵੱਖਰੇ ਇਲਾਕਿਆਂ ਵਿੱਚ ਵਿਚਰਦੇ ਨੇ, ਉਹ ਸਾਰੇ ਇਸ ਵੇਲੇ ਆਏ ਹੋਏ ਹਨ। ਅਤੇ ਜੇ ਹੁਣ ਤੂੰ ਬੈਠ ਗਿਆ ਗੁਰਗੱਦੀ 'ਤੇ, ਉਹਨਾਂ ਸਾਰਿਆਂ ਨੇ ਤੇਰਾ ਪ੍ਰਤਾਪ ਮਸੰਦਾਂ ਨੇ ਵੇਖ ਲੈਣਾ। ਜਿਹਨੇ ਤੇਰਾ ਪ੍ਰਤਾਪ ਵੇਖ ਲਿਆ, ਉਹ ਫਿਰ ਆਪਣੇ ਆਪਣੇ ਇਲਾਕੇ 'ਚ ਜਾ ਕੇ ਪ੍ਰਚਾਰ ਕਰੇਗਾ ਧੀਰਮਲ ਦੀ ਸ਼ੋਭਾ ਵਡਿਆਈ ਵੇਖ ਕੇ। ਇਸ ਕਰਕੇ ਤੈਨੂੰ ਇਹ ਮੌਕਾ ਹੁਣ ਗਵਾਉਣਾ ਨਹੀਂ ਚਾਹੀਦਾ, ਛੇਤੀ ਨਾਲ ਇਹ ਮੌਕੇ ਦਾ ਲਾਭ ਉਠਾਉਣਾ ਚਾਹੀਦਾ ਹੈ। ਅਤੇ ਜਦੋਂ ਅੱਜ ਤੂੰ ਬੈਠ ਗਿਆ ਨਾ, ਅੱਜ ਤਾਂ ਤੈਨੂੰ ਅਸੀਂ ਬਿਠਾਵਾਂਗੇ ਅਤੇ ਸਾਰੇ ਤੈਨੂੰ ਮੱਥਾ ਟੇਕਣਗੇ। ਜਦੋਂ ਅੱਜ ਤੈਨੂੰ ਸਾਰਿਆਂ ਨੇ ਵੇਖ ਲਿਆ, ਫਿਰ ਤੈਨੂੰ ਦੁਬਾਰਾ ਕਹਿਣਾ ਨਹੀਂ ਪਵੇਗਾ। ਜਦੋਂ ਵੀ ਕੋਈ ਮਸੰਦ ਆਇਆ ਕਰੇਗਾ ਨਾ ਕਿਸੇ ਦੇਸ਼ 'ਚੋਂ, ਉਹ ਤੈਨੂੰ ਆਪੇ ਹੀ ਆ ਕੇ ਮੰਨੇਗਾ, ਆਪੇ ਹੀ ਤੈਨੂੰ ਮੱਥਾ ਟੇਕੇਗਾ, ਆਪੇ ਹੀ ਤੇਰੀ ਸੇਵਾ ਕਰੇਗਾ। ਇਹ ਸਾਰਾ ਕੁਝ ਆਪਣੇ ਆਪ ਸ਼ੁਰੂ ਹੋ ਜਾਣਾ ਹੈ। ਕਹਿਣ ਲੱਗੇ ਵੀ ਇਸ ਤਰ੍ਹਾਂ ਰਾਤ ਨੂੰ ਸਲਾਹ ਕਰਕੇ ਇਹ ਜਿਹੜਾ ਧੀਰਮਲ ਹੈ ਨਾ, ਮਸੰਦਾਂ ਦੇ ਨਾਲ ਜਿਹੜੇ ਇਹਦੇ ਮਿੱਤਰ ਸਨ, ਇਹਦੀ ਹਾਮੀ ਭਰਨ ਵਾਲੇ, ਉਹਨਾਂ ਦੇ ਨਾਲ ਇਹਨੇ ਸਲਾਹ ਕੀਤੀ ਹੈ। ਰਾਤ ਨੂੰ ਸਾਰੀ ਤਿਆਰੀ ਕੀਤੀ ਹੈ। ਮਸੰਦਾਂ ਨੇ ਆਖਿਆ ਵੀ ਤੂੰ ਸਵੇਰੇ ਆਪਣੀ ਪੂਜਾ ਕਰਵਾ ਜਿੰਨੀ ਕਰਾ ਸਕਦਾ, ਤੇਰੇ ਦਾਦੇ ਨੇ ਤਾਂ ਦੋ ਦਿਨ ਬਾਹਰ ਨਿਕਲਣਾ ਨਹੀਂ, ਨਾਲੇ ਮੋਟੀ ਮੋਟੀ ਮਾਇਆ ਤੈਨੂੰ ਮਿਲ ਜਾਏਗੀ, ਉਹ ਵੀ ਚੁੱਕ ਲਾ, ਪੰਡਾਂ ਬੰਨ੍ਹ ਲਾ, ਅਤੇ ਸੰਗਤ ਵਿੱਚ ਤੇਰਾ ਪ੍ਰਭਾਵ ਪੈ ਜਾਣਾ। ਜਿਹੜੇ ਇਹ ਮੋਢੀ ਮੋਢੀ ਸਿੱਖ ਆਏ ਨੇ, ਮਸੰਦ ਆਏ ਨੇ, ਉਹਨਾਂ ਸਾਰਿਆਂ ਦੇ ਵਿੱਚ ਵੀ ਤੇਰੀ ਜਾਣ ਪਛਾਣ ਬਣ ਜਾਏਗੀ, ਤੇਰਾ ਰੂਪ ਵੀ ਬਣ ਜਾਏਗਾ, ਉਹ ਬਾਅਦ ਵਿੱਚ ਤੈਨੂੰ ਮੰਨਣਗੇ। ਇਸ ਤਰ੍ਹਾਂ ਇਹਨਾਂ ਨੇ ਸਾਰੀ ਸਲਾਹ ਕੀਤੀ ਹੈ। ਹੁਣ ਧੀਰਮਲ ਕਿਵੇਂ ਜਾ ਕੇ ਅਗਲੇ ਦਿਨ ਕੀ ਕਰਦਾ, ਦੀਵਾਨ ਵਿੱਚ ਕਿਵੇਂ ਬੈਠਦਾ, ਸੰਗਤਾਂ ਨੂੰ ਕਿਹੜੇ ਕਿਹੜੇ ਬਚਨ ਕਰਦਾ, ਔਰ ਸੰਗਤਾਂ ਕੀ ਅੱਗੋਂ ਆਖਦੀਆਂ, ਜਾਂ ਗੁਰੂ ਹਰਗੋਬਿੰਦ ਪਾਤਸ਼ਾਹ ਕੀ ਫੈਸਲਾ ਲੈਣਗੇ, ਧੀਰਮਲ ਦੇ ਇਹ ਸਾਰੇ ਕੰਮ ਕਾਰ ਵੇਖ ਕੇ ਇਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫ਼ੀ, ਬਚਨ ਗੁਰੂ ਕਾ ਹਿਰਦੇ ਵਸੇ, ਲਿਖੈ ਕਤੈ ਨਾ ਛੁਟੀਐ, ਬਖਸ਼ਣ ਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਰੇ ਕਵਨ ਕਵਨ ਗੁਣ ਕੈ